ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਲਾਇਕ ਤੇ ਕਾਬਿਲ ਰਾਜਾ ਸੀ, ਇਹ ਪੂਰੀ ਅਸਲੀਅਤ ਹੈ। ਬਿਲਕੁਲ ਸੀ। ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜੀਵਨ ਸੀ ਉਹ ਗੁਰਸਿੱਖਾਂ ਵਾਲਾ ਜੀਵਨ ਨਹੀਂ ਸੀ ਹੈਗਾ, ਕਿਉਂਕਿ ਉਹ ਸ਼ੌਂਕ ਪੂਰੇ ਰੱਖਦੇ ਸਨ, ਉਹਨਾਂ ਨੂੰ ਸ਼ਰਾਬ ਦਾ, ਨਸ਼ੇ ਦਾ ਬੜਾ ਸ਼ੌਂਕ ਸੀ। 9 ਉਹਨਾਂ ਨੇ ਘੱਟੋ ਘੱਟ ਵਿਆਹ ਕਰਾਏ ਸਨ। ਸੋ ਜਦੋਂ ਰਣਜੀਤ ਸਿੰਘ ਕਾਫੀ ਯੰਗ ਸੀ, ਉਸ ਨੂੰ ਇੱਕ ਮੁਸਲਮਾਨ ਤਵੈਫ ਪਸੰਦ ਆ ਗਈ ਜਿਹਦਾ ਨਾਂ ਸੀ ਮੋਰਾ, ਅਤੇ ਪੇਸ਼ੀ ਹੋ ਗਈ ਕਾਲ ਤਖਤ 'ਤੇ। ਅਤੇ ਫੈਸਲਾ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਤੂੰ ਬਹੁਤ ਵੱਡੀ ਗੁਸਤਾਖੀ ਕੀਤੀ ਹੈ। ਮਹਾਰਾਜਾ ਨੇ ਹੱਥ ਜੋੜ ਲਏ, ਕਹਿੰਦੇ ਜੀ ਕੀਤੀ ਹੈ, ਇਹਦੀ ਸਜ਼ਾ ਮਿਲਣੀ ਚਾਹੀਦੀ ਹੈ, ਕਹਿੰਦੇ ਕਬੂਲ ਹੈ। 100 ਕੋੜਿਆਂ ਦੀ ਸਜ਼ਾ ਅਕਾਲੀ ਫੂਲਾ ਸਿੰਘ ਨੇ ਲਾਈ ਮਹਾਰਾਜਾ ਰਣਜੀਤ ਸਿੰਘ ਨੂੰ, ਕਿ ਜੇ ਬੀਬੀ ਸਦਾ ਕੌਰ ਦੀ ਵਿਜ਼ਨ ਨਾ ਹੁੰਦੀ ਤੇ ਨਾ ਰਣਜੀਤ ਸਿੰਘ ਨੇ ਮਹਾਰਾਜਾ ਬਣਨਾ ਸੀ ਤੇ ਨਾ ਹੀ ਕੋਈ ਸਿੱਖ ਦਰਬਾਰ ਹੋਣਾ ਸੀ। ਸੋ ਕੈਮਲ ਮਰਚੈਂਟ ਆਫ ਫਿਲਡੈਲਫੀਆ ਲਿਖਣ ਦੇ ਵਿੱਚ ਮੇਰੇ 2-3 ਮਕਸਦ ਸਨ। ਇੱਕ ਇਹ ਮਕਸਦ ਜ਼ਰੂਰ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਤਾਂ ਕੀਤੀ ਜਾਏ, ਪਰ ਨਾਲ ਨਾਲ ਜਿਹੜੀਆਂ ਹੋਰ ਸ਼ਖਸੀਅਤਾਂ ਸਨ ਉਹਨਾਂ ਦੇ ਦਰਬਾਰ ਵਿੱਚ, ਉਹਨਾਂ ਬਾਰੇ ਵੀ ਕੁਛ ਦੱਸਿਆ ਜਾਏ। ਦੂਸਰਾ ਏਜੰਡਾ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਇਨਸਾਨ ਦੇ ਤੌਰ 'ਤੇ ਦੇਖਿਆ ਜਾਏ, ਅਤੇ ਇਹ ਮੈਂ ਤੁਹਾਨੂੰ ਐਕਸਪਲੇਨ ਕਰਦਾ, ਇਹਦਾ ਮੇਰਾ ਮਤਲਬ ਕੀ ਹੈ। ਮੈਂ 2-3 ਕਿਸਮਾਂ ਦੀਆਂ ਪੁਸਤਕਾਂ ਪੜ੍ਹੀਆਂ ਜਿਹੜੀਆਂ ਤੇ ਪੰਜਾਬੀਆਂ ਨੇ ਲਿਖੀਆਂ ਸੀ ਅਤੇ ਸਿੱਖਾਂ ਨੇ ਲਿਖੀਆਂ ਸੀ, ਉਹਨਾਂ ਦੇ ਵਿੱਚ ਤਾਂ ਵਾਹ ਵਾਹ ਤੋਂ ਇਲਾਵਾ ਕੁਛ ਨਹੀਂ ਸੀ ਹੈਗਾ। ਇਹ ਕੋਈ ਅਨਐਕਸਪੈਕਟਡ ਗੱਲ ਨਹੀਂ ਹੈਗੀ, ਕਿਉਂਕਿ ਹਿਸਟਰੀ ਲਿਖਣ ਵਾਲੇ ਜਿਹੜਾ ਓਬਜ਼ਰਵਰ ਬਾਇਸ ਜਿਹਨੂੰ ਕਹਿੰਦੇ ਹਾਂ ਅਸੀਂ, ਉਹ ਹਮੇਸ਼ਾ ਆਉਂਦਾ ਹੀ ਆਉਂਦਾ ਹੈ, ਉਸ ਤੋਂ ਬਚਣਾ ਬਹੁਤ ਮੁਸ਼ਕਿਲ ਹੈ। ਸੋ ਉਹਦੇ 'ਚ ਲਿਖਿਆ ਹੈ ਉਹਨਾਂ ਦੀਆਂ ਪੁਸਤਕਾਂ ਦੇ ਵਿੱਚ ਕਿ ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਲਾਇਕ ਅਤੇ ਕਾਬਿਲ ਰਾਜਾ ਸੀ, ਇਹ ਪੂਰੀ ਅਸਲੀਅਤ ਹੈ। ਬਿਲਕੁਲ ਸੀ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਵਰਗਾ ਦੁਨੀਆਂ ਸ਼ਾਇਦ ਕੋਈ ਨਹੀਂ ਸੀ ਰਾਜਾ। ਇਹ ਵੀ ਮੈਂ ਤੁਹਾਡੇ ਨਾਲ ਗੱਲ ਥੋੜ੍ਹੀ ਡਿਟੇਲ ਦੇ ਵਿੱਚ ਸਾਂਝੀ ਕਰਾਂਗਾ। ਇਹ ਇੱਕ ਕਿਸਮ ਦੇ ਵਿੱਚ ਲਿਖਿਆ ਸੀ ਕਿ ਇਹ ਸਿੱਖੀ ਦੀ ਇੱਕ ਗੋਲਡਨ ਏਜ ਸੀ, ਅਤੇ ਮਹਾਰਾਜਾ ਰਣਜੀਤ ਸਿੰਘ ਇੱਕ ਬਹੁਤ ਵੱਡਾ ਗੁਰਸਿੱਖ ਰਾਜਾ ਸੀ। ਇੱਥੇ ਥੋੜ੍ਹੀ ਜਿਹੀ ਪ੍ਰੋਬਲਮ ਆ ਜਾਂਦੀ ਹੈ। ਪ੍ਰੋਬਲਮ ਇਸ ਕਰਕੇ ਆਉਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜੀਵਨ ਸੀ ਉਹ ਗੁਰਸਿੱਖਾਂ ਵਾਲਾ ਜੀਵਨ ਨਹੀਂ ਸੀ ਹੈਗਾ, ਕਿਉਂਕਿ ਉਹ ਸ਼ੌਂਕ ਪੂਰੇ ਰੱਖਦੇ ਸਨ, ਉਹਨਾਂ ਨੂੰ ਸ਼ਰਾਬ ਦਾ, ਨਸ਼ੇ ਦਾ ਬੜਾ ਸ਼ੌਂਕ ਸੀ। 9 ਉਹਨਾਂ ਨੇ ਘੱਟੋ ਘੱਟ ਵਿਆਹ ਕਰਾਏ ਸਨ। ਹੋਰ ਉਹਨਾਂ ਦੇ ਦਰਬਾਰ ਦੇ ਵਿੱਚ ਕੌਂਕਿਊਬਾਈਨਸ ਵੀ ਬੜੀਆਂ ਰੱਖੀਆਂ ਹੋਈਆਂ ਸਨ। ਇਹ ਗੱਲਾਂ ਸਿੱਖੀ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ। ਦੂਜੇ ਪਾਸੇ ਕੁਛ ਤਾਂ ਅਕਾਊਂਟਸ ਐਸੇ ਸਨ ਜਿਹੜੇ ਕਿ ਟਰੈਵਲਰਸ ਨੇ ਲਿਖੇ ਸਨ, ਅੰਗਰੇਜ਼ਾਂ ਨੇ ਵੀ ਅਤੇ ਹੋਰ ਮੁਲਕਾਂ ਦੇ ਟਰੈਵਲਰਸ ਨੇ ਵੀ। ਇੱਕ ਤੀਸਰੀ ਕਿਸਮ ਦੀਆਂ ਕਿਤਾਬਾਂ ਸਨ ਜਿਹੜੀਆਂ ਕਿ ਅੰਗਰੇਜ਼ਾਂ ਨੇ 1839 ਤੋਂ ਬਾਅਦ ਲਿਖੀਆਂ, ਐਂਗਲੋ ਸਿੱਖ ਵਾਰ ਤੋਂ ਬਾਅਦ। ਇਹਨਾਂ ਕਿਤਾਬਾਂ ਨੂੰ ਤੁਸੀਂ ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹੋ ਅਤੇ ਉਹਦੇ ਵਿੱਚ ਜੋ ਗਲਤ ਗੱਲ ਤੁਸੀਂ ਇਮੈਜਿਨ ਕਰ ਸਕਦੇ ਹੈਗੇ ਹੋ, ਪਰਸਨਲ ਮੋਰਲਸ ਦੀ, ਕੈਰੇਕਟਰ ਦੀ, ਸਭ ਗਲਤ ਗੱਲਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਅਤੇ ਉਹਨਾਂ ਦੇ ਦਰਬਾਰ ਬਾਰੇ ਲਿਖੀਆਂ ਹਨ। ਸੋ ਮੈਨੂੰ ਬੜੀ ਹੈਰਾਨੀ ਹੋਈ ਪੜ੍ਹ ਕੇ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਕੁਛ ਪੁਸਤਕਾਂ ਦੇ ਵਿੱਚ ਉਹਨਾਂ ਨੂੰ ਅਸੀਂ ਪੈਡੈਸਟਲ 'ਤੇ ਪਾਇਆ ਹੋਇਆ, ਕੁਛ ਪੁਸਤਕਾਂ ਦੇ ਵਿੱਚ ਉਹਨਾਂ ਨੂੰ ਬਿਲਕੁਲ ਹੀ ਨਾਲੀ 'ਚ ਸੁੱਟਿਆ ਹੋਇਆ। ਕੋਈ ਤਾਂ ਇਹਦੀ ਵਜ੍ਹਾ ਹੋਏਗੀ, ਵਜ੍ਹਾ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਵਾਂ। ਸੋ ਮੈਨੂੰ ਅਸਲੀ ਰਣਜੀਤ ਸਿੰਘ ਦੀ ਭਾਲ ਸੀ ਅਤੇ ਇਹ ਕੋਸ਼ਿਸ਼ ਮੇਰੀ ਰਹੀ ਹੈ ਕਿ ਇਸ ਪੁਸਤਕ ਦੇ ਵਿੱਚ ਜਿਸ ਹੱਦ ਤੱਕ ਰਣਜੀਤ ਸਿੰਘ ਦੀ ਸ਼ਖਸੀਅਤ ਨੂੰ ਸੱਚਾਈ ਅਤੇ ਓਨੈਸਟੀ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਉਸ ਹੱਦ ਤੱਕ ਕੀਤਾ ਜਾਏ। ਇਹ ਬੜੀ ਨੈਚੁਰਲ ਗੱਲ ਹੈ ਕਿ ਜਿਹੜੇ ਸਿੱਖ ਰਾਈਟਰਸ ਨੇ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਦੇਖਦੇ ਨੇ। ਅੰਗਰੇਜ਼ਾਂ ਦੀ ਕਹਾਣੀ ਕੁਛ ਹੋਰ ਹੈ। ਉਹ ਕਹਾਣੀ ਇਸ ਤਰ੍ਹਾਂ ਹੈਗੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜਿਉਂਦੇ ਅੰਗਰੇਜ਼ ਅਤੇ ਮਹਾਰਾਜਾ ਰਣਜੀਤ ਸਿੰਘ ਇਕੱਠੇ ਸਨ। ਦੋਨਾਂ ਨੂੰ ਬੜਾ ਫਾਇਦਾ ਹੋਇਆ ਉਸ ਅਲਾਇੰਸ ਦਾ ਅਤੇ ਦੋਨਾਂ ਨੇ
ਪੂਰੀ ਵਫਾਦਾਰੀ ਦੇ ਨਾਲ ਨਿਭਾਇਆ। ਨਾ ਤੇ ਕਦੀ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਦਗਾ ਕੀਤਾ ਜਿਉਂਦੇ ਜੀ, ਨਾ ਹੀ ਅੰਗਰੇਜ਼ਾਂ ਨੇ ਉਹਦੇ ਜਿਉਂਦੇ ਜੀ ਦਰਬਾਰ ਦੇ ਨਾਲ ਦਗਾ ਕੀਤਾ। ਮਹਾਰਾਜਾ ਦੀ ਦੇ ਜਾਣ ਤੋਂ ਬਾਅਦ ਗੱਲ ਬਿਲਕੁਲ ਬਦਲ ਗਈ, ਕਿਉਂਕਿ ਜਿਹੜਾ ਇੰਡੀਅਨ ਸਬਕਾਂਟੀਨੈਂਟ ਸੀ ਉਸ ਵੇਲੇ ਪੰਜਾਬ ਨੂੰ ਛੱਡ ਕੇ ਬਾਕੀ ਪੂਰੇ ਇੰਡੀਅਨ ਸਬਕਾਂਟੀਨੈਂਟ 'ਤੇ ਈਸਟ ਇੰਡੀਆ ਕੰਪਨੀ ਦਾ ਰਾਜ ਸੀ। ਪੰਜਾਬ ਇੱਕ ਬੜਾ ਅਮੀਰ ਪ੍ਰੋਵਿੰਸ ਸੀ, ਬਹੁਤ ਸਾਰਾ ਉਹਦੇ ਵਿੱਚ ਟ੍ਰੇਡ ਦੀ ਐਕਟੀਵਿਟੀ ਬੜੀ ਸੀ, ਕਸ਼ਮੀਰ ਤੋਂ ਸ਼ੌਲਾਂ ਦੀ ਬੜੀ ਵੱਡੀ ਟ੍ਰੇਡ ਸੀ ਕਈ ਕਿਸਮਾਂ ਦੀ। ਸੋ ਉਹਨਾਂ ਨੂੰ ਲਾਲਚ ਆ ਗਿਆ ਕਿ ਇਹ ਜਿਹੜਾ ਇੰਨਾ ਵੱਡਾ ਅਤੇ ਅਮੀਰ ਪ੍ਰੋਵਿੰਸ ਹੈ ਇਹਨੂੰ ਵੀ ਅਸੀਂ ਆਪਣੇ ਨਾਲ ਰਲਾਈਏ। ਹਰ ਕੌਮ ਦਾ ਨਾ ਇੱਕ ਇਮੇਜ ਹੁੰਦਾ ਹੈ ਜਿਹੜਾ ਕਿ ਉਹ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਅੰਗਰੇਜ਼ਾਂ ਦਾ ਜੋ ਸੈਲਫ ਇਮੇਜ ਜਿਹੜਾ ਕਿ ਉਹ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਹੈ ਇਮਾਨਦਾਰੀ ਦਾ। ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਸਾਰਾ ਟਾਈਮ ਕਿ ਅਸੀਂ ਹਮੇਸ਼ਾ ਇਮਾਨਦਾਰ ਰਹਿੰਦੇ ਹਾਂ, ਅਸੀਂ ਕਦੀ ਕਿਸੇ ਨਾਲ ਬੇਈਮਾਨੀ ਨਹੀਂ ਕਰਦੇ, ਅਸੀਂ ਕਦੀ ਕਿਸੇ ਨਾਲ ਧੋਖਾ ਨਹੀਂ ਕਰਦੇ। ਇਹ ਸਾਡਾ ਇੱਕ ਕੌਮੀ ਕੈਰੈਕਟਰ ਹੈਗਾ। ਇਹ ਅੰਗਰੇਜ਼ ਸ਼ੁਰੂ ਤੋਂ, ਤੁਸੀਂ ਅੰਗਰੇਜ਼ੀ ਦੀ ਟਰਮ ਸੁਣੀ ਹੋਣੀ ਹੈ, ਇਟਸ ਨਾਟ ਕ੍ਰਿਕਟ। ਇਟਸ ਨਾਟ ਕ੍ਰਿਕਟ ਦਾ ਮਤਲਬ ਇਹ ਹੈਗਾ ਕਿ ਬਈ ਕ੍ਰਿਕਟ ਇੱਕ ਬੜੀ ਸਪੋਰਟਿੰਗ ਗੇਮ ਮੰਨੀ ਜਾਂਦੀ ਹੈ। ਸੋ ਜੇ ਤੁਸੀਂ ਕੋਈ ਬਦਮਾਸ਼ੀ ਕਰੋ ਤਾਂ ਅੰਗਰੇਜ਼ ਤੁਹਾਨੂੰ ਕਹੇਗਾ ਨੋ, ਦੈਟਸ ਨਾਟ ਕ੍ਰਿਕਟ। ਸੋ ਇਸ ਹੱਦ ਤੱਕ ਉਹਨਾਂ ਦੇ ਕਲਚਰ ਦੇ ਵਿੱਚ ਪ੍ਰੋਜੈਕਟ ਕੀਤਾ ਜਾਂਦਾ ਹੈ ਕਿ ਅਸੀਂ ਬੜੇ ਇਮਾਨਦਾਰ ਹੈਗੇ ਹਾਂ। ਹੁਣ ਅੰਗਰੇਜ਼ਾਂ ਦੀ ਪ੍ਰਾਈਵੇਟ ਕੋਰਸਪੋਂਡੈਂਸ ਸਾਨੂੰ ਸਾਡੇ ਵਾਸਤੇ ਉਪਲਬਧ ਹੈਗੀ ਹੈ, ਜਿਹੜੀ ਕਿ ਐਂਗਲੋ ਸਿੱਖ ਵਾਰਸ ਦੇ ਟਾਈਮ 'ਤੇ ਲਿਖੀ ਗਈ ਸੀ। ਉਦੋਂ ਤਾਂ ਕੁਛ ਨਹੀਂ ਸੀ ਛਪਦਾ ਅਖਬਾਰਾਂ ਦੇ ਵਿੱਚ। ਉਸ ਪ੍ਰਾਈਵੇਟ ਕੋਰਸਪੋਂਡੈਂਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਨੇ ਖਾਲਸਾ ਦਰਬਾਰ ਦੇ ਨਾਲ ਕਿਸ ਹੱਦ ਤੱਕ ਦਗਾ ਕੀਤਾ, ਕਿਸ ਤਰ੍ਹਾਂ ਉਹਨਾਂ ਨੇ ਪੈਸੇ ਅਤੇ ਜਾਗੀਰਾਂ ਦਾ ਲਾਲਚ ਦੇ ਕੇ ਸਿੱਖ ਸਰਦਾਰਾਂ ਨੂੰ ਤੋੜਿਆ, ਖਾਸ ਕਰਕੇ ਤੇਜ ਸਿੰਘ ਅਤੇ ਲਾਲ ਸਿੰਘ। ਇਸ ਹੱਦ ਤੱਕ ਕਿ ਇੱਕ ਜੰਗ ਦੇ ਵਿੱਚ ਜਦੋਂ ਸਿੱਖ ਫੌਜ ਅੰਗਰੇਜ਼ਾਂ ਨੂੰ ਖਤਮ ਕਰਨ ਵਾਲੀ ਸੀ ਅਤੇ ਜਿਹੜੇ ਉਹਨਾਂ ਦੇ ਜਨਰਲਸ ਹੈਗੇ ਸਨ ਉਹਨਾਂ ਨੇ ਉਹਨਾਂ ਨੂੰ ਰਿਟਰੀਟ ਕਰਨ ਦਾ ਹੁਕਮ ਦੇ ਦਿੱਤਾ, ਕਿਸੇ ਨੂੰ ਸਮਝ ਨਹੀਂ ਆਈ ਕਿ ਬਈ ਅਸੀਂ ਤਾਂ ਹੁਣ ਬਸ ਜਿੱਤੇ ਹੀ ਪਏ ਹਾਂ ਅਤੇ ਸਾਨੂੰ ਪਿੱਛੇ ਹਟਣ ਨੂੰ ਕਿਉਂ ਕਿਹਾ ਜਾ ਰਿਹਾ। ਉਹ ਇਸ ਕਰਕੇ ਕਿਹਾ ਗਿਆ ਕਿਉਂਕਿ ਉਹਨਾਂ ਨੂੰ ਲਾਲਚ ਦਿੱਤਾ ਗਿਆ ਸੀ, ਦਿਸ ਇਜ਼ ਨਾਟ ਕ੍ਰਿਕਟ। ਸੋ ਅੰਗਰੇਜ਼ਾਂ ਨੇ ਇਹ ਕੰਮ ਕੀਤਾ ਸ਼ਰਮਿੰਦੇ ਹੋਏ, ਅਤੇ ਆਪਣੀ ਦਗਾਬਾਜ਼ੀ ਨੂੰ ਲੁਕਾਉਣ ਵਾਸਤੇ ਉਹਨਾਂ ਨੇ 1839 ਤੋਂ ਬਾਅਦ ਜਿਹੜੀਆਂ ਪੁਸਤਕਾਂ ਸਨ ਉਹਦੇ ਵਿੱਚ ਉਹਨਾਂ ਨੇ ਦਰਬਾਰ ਨੂੰ ਅਤੇ ਰਣਜੀਤ ਸਿੰਘ ਦੀ ਸ਼ਖਸੀਅਤ ਨੂੰ ਪੂਰੀ ਤਰ੍ਹਾਂ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ, ਪਰਸਨਲ ਮੋਰਲਸ ਦੇ ਪੁਆਇੰਟ ਆਫ ਵਿਊ ਤੋਂ। ਸੋ ਬਹੁਤ ਸਾਰੀਆਂ ਗਲਤ ਗੱਲਾਂ ਉਹਨਾਂ ਪੁਸਤਕਾਂ 'ਚ ਲਿਖੀਆਂ ਹੋਈਆਂ ਨੇ। ਸੋ ਇਸ ਕਰਕੇ ਮੈਂ ਬੜਾ ਜ਼ਰੂਰੀ ਸਮਝਿਆ ਕਿ ਇਹ ਸਾਰੀ ਰਿਸਰਚ ਨੂੰ ਪ੍ਰਜੈਂਟ ਕੀਤਾ ਜਾਏ। ਕਈ ਥਾਵਾਂ 'ਤੇ ਜੋ ਅੰਗਰੇਜ਼ਾਂ ਨੇ ਲਿਖਿਆ ਉਹ ਵੀ ਮੈਂ ਬਿਆਨ ਕੀਤਾ ਹੈਗਾ, ਪਰ ਨਾਲ ਨਾਲ ਇਹ ਵੀ ਦੱਸਿਆ ਕਿ ਇਹ ਸ਼ਾਇਦ ਠੀਕ ਗੱਲ ਨਹੀਂ ਹੈਗੀ ਅਤੇ ਇਹਦਾ ਐਨਾਲਿਸਿਸ ਆ ਹੈਗਾ ਅਤੇ ਆ ਇੱਕ ਆਲਟਰਨੇਟ ਸੋਰਸ ਹੈ ਜਿਹੜਾ ਕਿ ਕੁਛ ਇੱਕ ਫਰਕ ਵਰਜ਼ਨ ਰਿਐਲਿਟੀ ਦਾ ਸਾਨੂੰ ਦੱਸਦਾ ਹੈਗਾ। ਸੋ ਆਹ ਇੱਕ ਮੇਰਾ ਦੂਸਰਾ ਏਜੰਡਾ ਹੈਗਾ ਸੀ ਕਿ ਇੱਕ ਬੜਾ ਫੇਅਰ ਅਤੇ ਓਨੈਸਟ ਜੋ ਇੱਕ ਤਸਵੀਰ ਹੈਗੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀ ਪੇਸ਼ ਕੀਤੀ ਜਾਏ। ਮੇਰਾ ਆਪਣਾ ਵਿਚਾਰ ਹੈ ਕਿ ਸ਼ਾਇਦ ਹੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਉਸ ਟਾਈਮ 'ਤੇ ਦੁਨੀਆ 'ਚ ਕਿਤੇ ਵੀ ਹੋਇਆ ਹੋਏ, ਅਤੇ ਇਹਦੇ ਮੈਂ ਤੁਹਾਨੂੰ ਕੁਛ ਰੀਜ਼ਨਸ ਵੀ ਦੱਸਦਾ ਹਾਂ। ਜਿਹਨਾਂ ਅਸੀਂ ਮਿਡੀਵਲ ਟਾਈਮਸ ਜਿਹਨਾਂ ਨੂੰ ਕਹਿੰਦੇ ਹਾਂ ਉਹਨਾਂ ਟਾਈਮਸ ਦੇ ਵਿੱਚ ਰਾਜੇ ਅਕਸਰ ਬਹੁਤ ਜ਼ਿਆਦਾ ਜਾਬਰ ਹੁੰਦੇ ਸਨ। ਉਹ ਆਪਣੀ ਪ੍ਰਜਾ ਨੂੰ ਤੰਗ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ, ਰਾਜ ਦੇ ਵਿੱਚ ਸਜ਼ਾਏ ਮੌਤ ਹੈ ਹੀ ਨਹੀਂ ਸੀ। ਸੋ ਕੁਛ ਵੀ ਹੋ ਜਾਏ ਤੁਹਾਨੂੰ ਮੌਤ ਦੀ ਸਜ਼ਾ ਨਹੀਂ ਸੀ ਮਿਲਦੀ, ਅਤੇ ਹੋਰ ਵੀ ਜਿਹੜੇ ਗਲਤ ਕੰਮ ਕਰਦੇ ਸਨ ਉਹਨਾਂ ਵਾਸਤੇ ਸਜ਼ਾ ਬੜੀ ਮਾਇਲਡ ਹੁੰਦੀ ਸੀ। ਫਿਰ ਵੀ ਸਾਰੇ ਰਾਜ ਦੇ ਵਿੱਚ ਲਾਅ ਐਂਡ ਆਰਡਰ ਹੁੰਦਾ ਸੀ। ਆਮ ਤੌਰ 'ਤੇ ਹਿਸਟਰੀ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜਦੋਂ ਰਾਜਾ ਬਿਮਾਰ ਪੈਂਦਾ ਹੈ ਤਾਂ ਕਈ ਥਾਵਾਂ 'ਤੇ ਬਗਾਵਤਾਂ ਸ਼ੁਰੂ ਹੋ ਜਾਂਦੀਆਂ ਨੇ। ਇਹ ਇੱਕ
ਤਰੀਕਾ ਸੈਂਕੜੇ ਸਾਲਾਂ ਦਾ ਚੱਲਿਆ ਹੀ ਆ ਰਿਹਾ ਹੈ। ਆਪਣੇ ਅਖੀਰ ਦੇ ਤਕਰੀਬਨ 3-4 ਸਾਲਾਂ ਵਾਸਤੇ ਮਹਾਰਾਜਾ ਰਣਜੀਤ ਸਿੰਘ ਬਿਮਾਰ ਸੀ, ਕੀ ਮਜ਼ਾਲ ਕਿ ਕਿਤੇ ਵੀ ਕੋਈ ਬਗਾਵਤ ਹੋਈ ਹੋਏ। ਅੱਜ ਵੀ ਅਸੀਂ ਸੈਕੂਲਰਿਜ਼ਮ ਦੀ ਗੱਲ ਕਰਦੇ ਹਾਂ ਇਸ ਮੁਲਕ ਦੇ ਵਿੱਚ, ਤੇ ਸਾਨੂੰ ਹੱਲੇ ਤੱਕ ਸੈਕੂਲਰਿਜ਼ਮ ਦਾ ਮਤਲਬ ਸਮਝ ਨਹੀਂ ਆਇਆ। ਮੈਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਲੈ ਕੇ ਜਾਂਦਾ ਵਾਂ, ਜਿੱਥੇ ਮਹਾਰਾਜਾ ਸਿੱਖ ਸੀ। ਉਸ ਦਾ ਜਿਹੜਾ ਫੋਰਨ ਮਿਨਿਸਟਰ ਸੀ ਫਕੀਰ ਅਜ਼ੀਜ਼ੁੱਦੀਨ, ਉਹ ਮੁਸਲਮਾਨ ਸੀ। ਕੁਛ ਬੜੇ ਪ੍ਰਸਿੱਧ ਜਰਨੈਲ ਸਿੱਖ ਸਨ, ਜਿਸ ਤਰ੍ਹਾਂ ਕਿ ਅਕਾਲੀ ਫੂਲਾ ਸਿੰਘ, ਜਿਨ੍ਹਾਂ ਬਾਰੇ ਅਸੀਂ ਥੋੜ੍ਹੀ ਜਿਹੀ ਗੱਲ ਕਰਾਂਗੇ, ਸਰਦਾਰ ਹਰੀ ਸਿੰਘ ਨਲਵਾ, ਜਿਹੜੇ ਬੜੇ ਮਸ਼ਹੂਰ ਹਨ। ਨਾਲ ਉਹਨਾਂ ਦੇ ਹਿੰਦੂ ਜਰਨੈਲ ਵੀ ਸਨ, ਮਿਸਰ ਦੀਵਾਨ ਚੰਦ, ਦੀਵਾਨ ਮੋਕਮ ਚੰਦ, ਜ਼ੋਰਾਵਰ ਸਿੰਘ, ਡੋਗਰਾ ਭਰਾ ਜਿਹੜੇ ਹੈਗੇ ਸਨ। ਇਹਨਾਂ ਤੋਂ ਇਲਾਵਾ ਫਰੰਗੀ ਜਰਨੈਲ ਸਨ, ਜੋਨ ਫਰਾਂਸਵਾ ਲਾਰਡ, ਉਹਨਾਂ ਦੇ ਜਿਹੜੇ ਘੁੜਸਵਾਰ ਸਨ, ਉਹਨਾਂ ਦੇ ਇੰਚਾਰਜ ਸਨ। ਸਿੱਖਾਂ ਦੇ ਵਿੱਚ ਇਨਫੈਂਟਰੀ ਦਾ ਕੋਈ ਕਨਸੈਪਟ ਨਹੀਂ ਸੀ ਹੁੰਦਾ, ਕਿਉਂਕਿ ਸਾਰੀ ਲੜਾਈ ਘੋੜਿਆਂ ਦੇ ਉੱਤੇ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਅੰਗਰੇਜ਼ਾਂ ਨੂੰ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਟ੍ਰੇਨਿੰਗ ਕਰਕੇ ਹਿੰਦੁਸਤਾਨੀਆਂ ਨੂੰ, ਉਸ ਵੇਲੇ ਪੂਰਬੀ ਬੜੇ ਹੁੰਦੇ ਸਨ ਈਸਟ ਇੰਡੀਆ ਕੰਪਨੀ ਦੀ ਫੌਜ ਦੇ ਵਿੱਚ, ਪੂਰਬੀ ਸਿਪਾਹੀਆਂ ਨੂੰ ਕਿੰਨਾ ਵਧੀਆ ਟ੍ਰੇਨ ਕੀਤਾ ਹੈ, ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ ਕਿ ਵੀ ਪੰਜਾਬ ਦੀ ਫੌਜ ਦੇ ਵਿੱਚ ਵੀ ਇਨਫੈਂਟਰੀ ਹੋਣੀ ਚਾਹੀਦੀ ਹੈ। ਸੋ ਜੋਨ ਬੈਪਟਿਸਟ ਵੈਂਚੁਰਾ, ਜਿਹੜਾ ਕਿ ਫਰੈਂਚ ਜਰਨੈਲ ਸੀ, ਉਹਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਤੁਸੀਂ ਇਨਫੈਂਟਰੀ ਦੀਆਂ ਬਟਾਲੀਅਨਸ ਤਿਆਰ ਕਰੋ। ਅੱਛਾ, ਬਹੁਤ ਸਾਰੇ ਐਡਮਿਨਿਸਟ੍ਰੇਟਰਸ, ਜਿਹੜੇ ਲੈਂਡ ਰੈਵਨਿਊ, ਟੈਕਸੇਸ਼ਨ, ਟ੍ਰੈਜਰੀ ਦੇ ਇੰਚਾਰਜ ਸਨ, ਉਹ ਸਾਰੇ ਹਿੰਦੂ ਸਨ। ਕਈ ਸਰਦਾਰ ਬੜੀ ਵੱਡੀ ਵੱਡੀ ਫੈਮਿਲੀਜ਼ 'ਚੋਂ ਆਏ ਸਨ, ਕਈ ਜਿਨ੍ਹਾਂ ਦਾ ਮੈਂ ਨਾਂ ਲਿਆ ਹੈਗਾ, ਬਿਲਕੁਲ ਗਰੀਬ ਬੈਕਗਰਾਉਂਡ ਤੋਂ, ਦੇ ਵਰ ਨੋਬਡੀਜ਼। ਸੋ ਆਹ ਦੇਖੋ ਇੱਕ ਦਰਬਾਰ ਜਿਹਦੇ ਵਿੱਚ ਕੋਈ ਫਰਕ ਨਹੀਂ, ਤੁਸੀਂ ਹਿੰਦੂ ਹੋ, ਮੁਸਲਮਾਨ ਹੋ, ਸਿੱਖ ਹੋ, ਫਰੰਗੀ ਹੋ, ਉੱਚੇ ਖਾਨਦਾਨ ਤੋਂ ਹੋ, ਨੀਵੇਂ ਖਾਨਦਾਨ ਤੋਂ, ਕੋਈ ਫਰਕ ਨਹੀਂ। ਵਜ਼ੀਫਾ ਤੁਹਾਨੂੰ ਉਹ ਦਿੱਤਾ ਜਾਏਗਾ ਜਿਸ ਦੇ ਤੁਸੀਂ ਕਾਬਿਲ ਹੋ। ਇਹ ਤਾਂ ਹੋਇਆ ਨਾ ਇੱਕ ਬੜਾ ਪ੍ਰੈਕਟੀਕਲ ਕਿਸਮ ਦਾ ਸੈਕੂਲਰਿਜ਼ਮ, ਕਿ ਵੀ ਤੁਸੀਂ ਪਰਵਾਹ ਹੀ ਨਾ ਕਰੋ ਕਿ ਕੋਈ ਕੌਣ ਹੈ, ਤੁਸੀਂ ਸਿਰਫ ਇਹ ਦੇਖੋ ਕਿ ਕੰਮ ਕੌਣ ਕਰ ਸਕਦਾ ਹੈਗਾ। ਇਹ ਗੱਲ ਰਣਜੀਤ ਸਿੰਘ ਨੂੰ 300 ਸਾਲ ਪਹਿਲਾਂ ਸਮਝ ਆਈ ਸੀ, ਸਾਨੂੰ ਤਾਂ ਅੱਜ ਤੱਕ ਨਹੀਂ ਸਮਝ ਆਈ। ਸੋ ਇੰਜ ਦੀਆਂ ਗੱਲਾਂ ਨੂੰ ਜੇ ਅਸੀਂ ਦੇਖੀਏ ਤਾਂ ਮਹਿਸੂਸ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਾਜ਼ ਅ ਮੈਨ ਟਰੂਲੀ ਅਹੈਡ ਆਫ ਹਿਸ ਟਾਈਮ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਕਦਰ ਕਰਨ ਵਾਸਤੇ ਜੋ ਉਹਨਾਂ ਦੇ ਜੀਵਨ ਦੀਆਂ ਖਾਮੀਆਂ ਸਨ, ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਹਰੇਕ ਇਨਸਾਨ ਦੇ ਵਿੱਚ ਸਿਫਤ ਵੀ ਹੁੰਦੀ ਹੈ ਅਤੇ ਖਾਮੀਆਂ ਵੀ ਹੁੰਦੀਆਂ ਹਨ। ਇਹ ਗੱਲ ਸਾਡੇ ਸਾਰਿਆਂ 'ਤੇ ਅਪਲਾਈ ਕਰਦੀ ਹੈ, ਮਹਾਰਾਜਾ ਰਣਜੀਤ ਸਿੰਘ 'ਤੇ ਵੀ ਅਪਲਾਈ ਕਰਦੀ ਸੀ। ਕਿ ਮੈਂ ਉਹਨਾਂ ਦੀ ਅਸਲੀਅਤ ਹਰ ਪੱਖੋਂ ਬਿਆਨ ਕੀਤੀ ਹੈ, ਪਰ ਮੇਰਾ ਪਰਸਨਲ ਲੈਵਲ 'ਤੇ ਮਹਾਰਾਜਾ ਰਣਜੀਤ ਸਿੰਘ ਵਾਸਤੇ, ਉਹਨਾਂ ਵਾਸਤੇ ਜੋ ਰਿਸਪੈਕਟ ਹੈ, ਰੱਤੀ ਮਾਸਾ ਵੀ ਨਹੀਂ ਘਟਿਆ, ਕਿਉਂਕਿ ਰਿਸਪੈਕਟ ਅਸੀਂ ਉਹਨਾਂ ਦੀ ਕਰਦੇ ਹਾਂ ਨਾਟ ਐਜ਼ ਅ ਗ੍ਰੇਟ ਗੁਰਸਿੱਖ ਬਟ ਐਜ਼ ਅ ਗ੍ਰੇਟ ਕਿੰਗ। ਅਤੇ ਉਹਨਾਂ ਨੂੰ ਜੇ ਅਸੀਂ ਹਿਊਮਨਾਈਜ਼ ਕਰੀਏ, ਇੱਕ ਇਨਸਾਨ ਦੇ ਤੌਰ 'ਤੇ ਦੇਖੀਏ, ਤਾਂ ਮੇਰੇ ਹਿਸਾਬ ਦੇ ਨਾਲ ਉਹਦੇ ਵਿੱਚ ਉਹਨਾਂ ਦੀ ਕੋਈ ਬੇਇੱਜ਼ਤੀ ਨਹੀਂ ਹੈਗੀ। ਇਹ ਅਸੀਂ ਇੱਕ ਕਿਸਮ ਦੇ ਨਾਲ ਉਹਨਾਂ ਨਾਲ ਇੱਕ ਇਨਸਾਫ ਕਰ ਰਹੇ ਹੈਗੇ ਹਾਂ, ਕਿਉਂਕਿ ਅਸੀਂ ਜਿਹੜੀਆਂ ਐਕਸਟ੍ਰੀਮ ਦੀਆਂ ਗੱਲਾਂ ਨੇ ਦੋਨੋਂ ਪਾਸੇ ਦੀਆਂ, ਉਹਨਾਂ ਨੂੰ ਪਾਸੇ ਕਰਕੇ ਜੋ ਅਸਲੀ ਇਨਸਾਨ ਦੀ ਪਰਸਨੈਲਿਟੀ ਸੀ, ਸ਼ਖਸੀਅਤ ਸੀ, ਅਸੀਂ ਜੇ ਸਿਰਫ ਉਹਨੂੰ ਹੀ ਦੇਖੀਏ ਤਾਂ ਫਿਰ ਵੀ ਉਹ ਸਾਡੇ ਰਿਸਪੈਕਟ ਦੇ ਬਿਲਕੁਲ ਕਾਬਿਲ ਹੈਗਾ। ਸੋ ਆਹ ਮੇਰੀ ਪੁਸਤਕ ਦਾ ਮਕਸਦ ਹੈਗਾ। ਅਤੇ ਹੁਣ ਜਿਹੜਾ ਸਾਡੇ ਕੋਲ ਬਾਕੀ ਦਾ ਟਾਈਮ ਹੈਗਾ, ਮੈਂ ਉਹਦੇ ਵਿੱਚ ਤੁਹਾਡੇ ਨਾਲ ਕੁਝ ਸ਼ਖਸੀਅਤਾਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ, ਜਿਹੜੇ ਉਹਨਾਂ ਦੇ ਜਿਹੜੀਆਂ ਉਹਨਾਂ ਦੇ ਦਰਬਾਰ 'ਚ ਸਨ, ਜਿਨ੍ਹਾਂ ਬਾਰੇ ਕਿਤਾਬ ਦੇ ਵਿੱਚ ਕਾਫੀ ਡਿਟੇਲ 'ਚ ਲਿਖਿਆ ਹੈ, ਪਰ ਜਿਨ੍ਹਾਂ ਦੀ ਗੱਲ ਆਮ ਤੌਰ 'ਤੇ ਨਹੀਂ ਕੀਤੀ ਜਾਂਦੀ। ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਫਲਤਾ ਸੀ, ਪਹਿਲੀ ਗੱਲ ਤਾਂ ਮਹਾਰਾਜਾ ਸਿੱਖਾਂ ਦਾ ਕੋਈ ਮਹਾਰਾਜਾ ਹੋਣਾ ਆਪਣੇ ਆਪ ਵਿੱਚ ਹੀ ਬਹੁਤ ਹੀ ਇੱਕ ਅਜੀਬ ਗੱਲ ਹੈ। ਅਤੇ ਕਿਉਂ ਅਜੀਬ ਗੱਲ ਹੈ ਮੈਂ ਤੁਹਾਨੂੰ ਸਮਝਾਉਂਦਾ ਵਾਂ।
ਕਿ ਪੰਜਾਬ ਦੇ ਵਿੱਚ ਨਾ ਅੱਜ ਤੱਕ ਦੋ ਹੀ ਰਾਜੇ ਹੋਏ ਨੇ, ਇੱਕ ਰਾਜਾ ਪੁਰਸ ਤੇ ਇੱਕ ਮਹਾਰਾਜਾ ਰਣਜੀਤ ਸਿੰਘ। 2000 ਸਾਲ ਦਾ ਉਹਨਾਂ ਦੇ ਵਿੱਚ ਫਰਕ ਹੈਗਾ ਸੀ। ਦੇਖੋ ਸੂਬੇਦਾਰ ਬੜੇ ਹੋਏ ਨੇ ਪੰਜਾਬ ਦੇ ਵਿੱਚ, ਰਾਜੇ ਕੋਈ ਨਹੀਂ ਹੋਏ। ਸੋ ਦੋ ਰਾਜੇ ਪੰਜਾਬ ਦੇ ਵਿੱਚ ਹੋਏ ਨੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜਾ ਬਣਨਾ ਮੈਨੂੰ ਇੰਨੇ ਅਚੰਭੇ ਦੀ ਗੱਲ ਕਿਉਂ ਲੱਗਦੀ ਹੈ? ਇਸ ਦੀਆਂ ਦੋ ਵਜ੍ਹਾ ਹਨ। ਇੱਕ ਤੇ ਇਹ ਕਿ ਮੈਂ ਤੁਹਾਨੂੰ 18th ਸੈਂਚੁਰੀ ਦਾ ਜ਼ਿਕਰ ਕੀਤਾ, 1662 ਦੀ ਗੱਲ ਕੀਤੀ ਜਿਹਦੇ ਵਿੱਚ ਵੱਡੇ ਘੱਲੂਘਾਰੇ ਦੇ ਵਿੱਚ 30% ਤੋਂ ਜ਼ਿਆਦਾ ਸਿੱਖ ਇੱਕ ਦਿਨ 'ਚ ਖਤਮ ਹੋ ਜਾਂਦੇ ਨੇ। ਅੱਛਾ, ਅਸੀਂ ਇਹ ਵੀ ਗੌਰ ਕਰੀਏ ਕਿ ਸਿੱਖ ਆਏ ਕਿੱਥੋਂ। ਗੁਰੂ ਨਾਨਕ ਸਾਹਿਬ ਦਾ ਜਿਹੜਾ ਰੈਵੋਲਿਊਸ਼ਨ ਸੀ, ਜਿਹੜੀ ਉਹਨਾਂ ਦੀ ਕ੍ਰਾਂਤੀ ਸੀ, ਉਹ ਸਭ ਤੋਂ ਵੱਡੀ ਉਸ ਦਾ ਸਭ ਤੋਂ ਵੱਡਾ ਪਹਿਲੂ ਇਹ ਸੀ ਕਿ ਉਹ ਹਰ ਇਨਸਾਨ ਨੂੰ ਬਰਾਬਰ ਦੇਖਦੇ ਸਨ। ਜਾਤ ਭੇਦ ਦੇ ਵਿੱਚ ਉਹ ਬਿਲਕੁਲ ਬਿਲੀਵ ਤੇ ਕੀ ਕਰਨਾ, ਉਸ ਨੂੰ ਉਹਨਾਂ ਨੇ ਨਖੇਧਿਆ ਤੇ ਇੰਸਟੀਟਿਊਸ਼ਨਸ ਉਹਨਾਂ ਨੇ ਬਣਾਈਆਂ ਜਿਹਦੇ ਨਾਲ ਜਾਤ ਦੀ ਜਿਹੜੀ ਪੁਰਾਣੀ ਇਨਜਸਟਿਸ ਸੀ ਉਹਨੂੰ ਤੋੜਿਆ ਜਾਏ। ਸੋ ਤੁਸੀਂ ਆਪੇ ਹੀ ਸੋਚੋ ਕਿ ਜੇ ਕੋਈ ਇੱਕ ਨਵਾਂ ਮਜ਼ਹਬ ਸ਼ੁਰੂ ਹੁੰਦਾ ਹੈ ਜਿਹੜਾ ਕਹਿੰਦਾ ਹੈ ਕਿ ਸਭ ਦੀ ਬਰਾਬਰੀ ਹੈ, ਪੁਰਾਣੀ ਸੋਸਾਇਟੀ ਦੇ ਵਿੱਚ ਕਿੱਥੋਂ ਆਣਗੇ ਲੋਕੀ ਜ਼ਿਆਦਾ? ਹੁਣ ਜੇ ਤੁਸੀਂ ਇੱਕ ਪਿਰਾਮਿਡ ਇਮੈਜਿਨ ਕਰੋ ਤੇ ਜਿਹੜੇ ਪਿਰਾਮਿਡ ਦੀ ਚੋਟੀ ਤੇ ਬੈਠੇ ਨੇ ਉਹ ਤੇ ਨਹੀਂ ਆਣਗੇ ਨਾ, ਜਿਹੜੇ ਅਮੀਰ ਸਨ, ਜਿਹੜੇ ਵਿਦਵਾਨ ਸਨ, ਉਹਨਾਂ ਨੂੰ ਕੀ ਇਨਸੈਂਟਿਵ ਸਾਰਿਆਂ ਨਾਲ ਬਰਾਬਰੀ ਕਰਨ ਦਾ? ਉਹਨਾਂ ਦੀ ਲਾਈਫ ਤਾਂ ਬੜੀ ਵਧੀਆ ਸੀ। ਸੋ ਬਹੁਤੇ ਸਿੱਖ ਆਏ ਸਨ ਜਿਹੜਾ ਸੋਸ਼ਲ ਪਿਰਾਮਿਡ ਸੀ ਉਸ ਦੇ ਹੇਠਲੇ ਪੋਰਸ਼ਨਸ ਤੋਂ। ਸੋ ਉਹ ਐਸੇ ਲੋਕ ਸਨ ਜਿਹੜੇ ਕਿ ਸੈਂਕੜੇ ਸਾਲਾਂ ਤੋਂ ਦਬਾਏ ਗਏ ਸਨ। ਉੱਤੋਂ ਪਿਛਲੇ 60-70 ਸਾਲਾਂ ਤੋਂ ਐਸੇ ਅੱਤਿਆਚਾਰ ਚੱਲ ਰਹੇ ਸਨ। ਅਸੀਂ ਲਾਹੌਰ ਦੇ ਹਾਕਮਾਂ ਦੀ ਗੱਲ ਕੀਤੀ, ਅਹਿਮਦ ਸ਼ਾਹ ਅਬਦਾਲੀ ਦੀ ਗੱਲ ਕੀਤੀ, ਗੁਰੂ ਉਹਨਾਂ ਦੇ ਚਲੇ ਗਏ ਸਨ। 60-70 ਸਾਲਾਂ ਦੇ ਵਿੱਚ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਸਿੱਖ ਕੌਮ ਦੀ ਕੀ ਹਾਲਤ ਸੀ। 1662 ਦੀ ਮੈਂ ਗੱਲ ਕਰ ਰਿਹਾ ਵਾਂ, ਇਹ ਕਿੰਨੇ ਅਚੰਭੇ ਦੀ ਗੱਲ ਹੈ ਕਿ 30-35 ਸਾਲ ਪਹਿਲਾਂ ਉਸੇ ਕੌਮ 'ਚੋਂ ਇੱਕ ਰਾਜਾ ਉੱਠਦਾ ਹੈ ਤੇ ਇੱਕ ਇੰਨਾ ਵੱਡਾ ਰਾਜ ਕਾਇਮ ਕਰਦਾ ਹੈਗਾ ਹੈ ਕਿ ਜਿਹੜਾ ਅੰਗਰੇਜ਼ਾਂ ਦਾ ਮੁਕਾਬਲਾ ਕਰਦਾ ਹੈ। ਇਹ ਕਿੰਨੀ ਕੁ ਇਮਪ੍ਰੋਬੇਬਲ ਗੱਲ ਹੈ, ਇੱਕ ਆਹ ਬੜੀ ਅਚੰਭੇ ਦੀ ਗੱਲ ਹੈ। ਦੂਜੀ ਗੱਲ ਇਹ, ਇਹਦੇ ਵਾਸਤੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਹਿਸਟੋਰੀਕਲ ਬੈਕਗ੍ਰਾਉਂਡ ਦੱਸਦਾ ਮੈਂ ਪੰਜਾਬ ਦਾ। ਸੋ 1739 ਦੇ ਵਿੱਚ ਨਾਦਰ ਸ਼ਾਹ ਜਿਹੜਾ ਕਿ ਪਰਸ਼ੀਆ ਦਾ ਰਾਜਾ ਸੀ, ਉਸਨੇ ਹਿੰਦੁਸਤਾਨ 'ਤੇ ਹਮਲਾ ਕੀਤਾ। ਉਸ ਵੇਲੇ ਦਿੱਲੀ ਦੇ ਤਖ਼ਤ 'ਤੇ ਮੁਹੰਮਦ ਸ਼ਾਹ ਬੈਠਾ ਸੀ, ਜਿਸ ਨੂੰ ਮੁਹੰਮਦ ਸ਼ਾਹ ਰੰਗੀਲੇ ਵੀ ਕਿਹਾ ਜਾਂਦਾ ਹੈ। ਸੋ ਮੁਹੰਮਦ ਸ਼ਾਹ ਰੰਗੀਲੇ ਨੂੰ ਰੰਗੀਲੇ ਇਸ ਕਰਕੇ ਕਿਹਾ ਜਾਂਦਾ ਸੀ ਕਿ ਉਸਨੂੰ ਕੋਮਲ ਕਲਾ ਦਾ ਬੜਾ ਸ਼ੌਂਕ ਸੀ, ਖਾਸ ਕਰਕੇ ਸੰਗੀਤ, ਜਿਹੜਾ ਅਸੀਂ ਖਿਆਲ, ਹਿੰਦੁਸਤਾਨੀ ਸ਼ਾਸਤਰੀ ਸੰਗੀਤ ਜਦ ਸੁਣਦੇ ਹਾਂ, ਖਿਆਲ ਦੀ ਬਹੁਤ ਸਾਰੀ ਡਿਵੈਲਪਮੈਂਟ ਮੁਹੰਮਦ ਸ਼ਾਹ ਰੰਗੀਲੇ ਦੇ ਦਰਬਾਰ ਦੇ ਵਿੱਚ ਹੋਈ ਹੈ। ਸੋ ਉਸ ਦਰਬਾਰ ਦਾ ਜਿਹੜਾ ਫੋਕਸ ਸੀ ਸਾਰਾ, ਉਹ ਐਸ਼ੋ ਆਰਾਮ, ਆਰਟਸ, ਗਾਣੇ ਵਜਾਣੇ, ਇਹਨਾਂ ਦੀਆਂ ਚੀਜ਼ਾਂ 'ਤੇ ਸੀ। ਸੋ ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ, ਨਾਦਰ ਸ਼ਾਹ ਨੇ ਦਿੱਲੀ 'ਤੇ ਕਬਜ਼ਾ ਕੀਤਾ, ਤੇ ਮੁਗਲ ਰਾਜ ਉਸ ਹਮਲੇ ਤੋਂ ਬਾਅਦ ਤਕਰੀਬਨ ਖਤਮ ਹੋਣਾ ਸ਼ੁਰੂ ਹੋ ਗਿਆ। ਨਾਦਰ ਸ਼ਾਹ ਨੇ ਦਿਲ ਖੋਲ੍ਹ ਕੇ ਲੁੱਟਿਆ ਦਿੱਲੀ ਨੂੰ, ਬਹੁਤ ਸਾਰਾ ਖਜ਼ਾਨਾ ਚੁੱਕ ਕੇ ਦਿੱਲੀ ਤੋਂ ਵਾਪਸ ਪਰਸ਼ੀਆ ਲੈ ਕੇ ਗਿਆ। ਨਾਲ ਨਾਦਰ ਸ਼ਾਹ ਦਾ ਇੱਕ ਬੜਾ ਵਫਾਦਾਰ ਉਸ ਦਾ ਸਰਦਾਰ ਸੀ, ਅਹਿਮਦ ਸ਼ਾਹ ਦੁਰਰਾਨੀ, ਜਿਹੜਾ ਕਿ ਖੁਰਾਸਾਨ ਜਾਂ ਮਾਡਰਨ ਅਫਗਾਨਿਸਤਾਨ ਤੋਂ ਸੀ, ਉਹ ਵੀ ਆਇਆ ਦਿੱਲੀ ਪਹਿਲੀ ਵਾਰੀ। ਉਹਨੇ ਵੀ ਦੇਖਿਆ ਕਿ ਹਿੰਦੁਸਤਾਨ ਦੇ ਵਿੱਚ ਕਿੰਨੀ ਦੌਲਤ ਹੈਗੀ ਹੈ ਤੇ ਕਿੰਨੇ ਆਰਾਮ ਨਾਲ ਇਹ ਹਾਸਲ ਕੀਤੀ ਜਾ ਸਕਦੀ ਹੈ। ਸੋ ਨਾਦਰ ਸ਼ਾਹ ਦੀ ਡੈਥ ਤੋਂ ਬਾਅਦ ਅਹਿਮਦ ਸ਼ਾਹ ਦੁਰਰਾਨੀ ਨੇ ਬਾਗੀ ਹੋ ਕੇ ਅਫਗਾਨਿਸਤਾਨ, ਖੁਰਾਸਾਨ ਜਾਂ ਅਫਗਾਨਿਸਤਾਨ ਦੇ ਵਿੱਚ ਆਪਣਾ ਰਾਜ ਸਥਾਪਿਤ ਕੀਤਾ, ਤੇ ਬਹੁਤ ਸਾਰਾ ਖਜ਼ਾਨਾ ਜਿਹੜਾ ਕਿ ਨਾਦਰ ਸ਼ਾਹ ਹਿੰਦੁਸਤਾਨ ਤੋਂ ਲੁੱਟ ਕੇ ਲਿਆਇਆ ਸੀ, ਉਹ ਅਹਿਮਦ ਸ਼ਾਹ ਦੁਰਰਾਨੀ ਦੇ ਹੱਥ ਪੈ ਗਿਆ। ਕੋਹੀਨੂਰ ਹੀਰਾ ਉਹਨਾਂ ਦੇ ਵਿੱਚ ਹੈਗਾ ਸੀ। ਸੋ ਉਸ ਤੋਂ ਬਾਅਦ
ਅਹਿਮਦ ਸ਼ਾਹ ਅਬਦਾਲੀ ਨੇ ਬਾਰ ਬਾਰ ਹਿੰਦੁਸਤਾਨ 'ਤੇ ਹਮਲੇ ਸ਼ੁਰੂ ਕਰਨੇ ਸ਼ੁਰੂ ਕੀਤੇ, ਅਤੇ ਤੁਸੀਂ ਇਮੈਜਿਨ ਕਰ ਸਕਦੇ ਹੋ ਰਸਤਾ ਕੀ ਹੈਗਾ ਅਫਗਾਨਿਸਤਾਨ ਤੋਂ ਆਉਣ ਦਾ, ਪੰਜਾਬ ਤੋਂ ਲੰਘਦਾ। ਸੋ ਹਮਲੇ ਸਾਰੇ ਪੰਜਾਬ 'ਚ ਹੁੰਦੇ ਸਨ। ਮੁਗਲ ਹਕੂਮਤ ਕਮਜ਼ੋਰ ਹੁੰਦੀ ਹੀ ਜਾ ਰਹੀ ਸੀ 1739 ਤੋਂ ਬਾਅਦ। ਸੋ ਸੂਬਾ ਲਾਹੌਰ ਜ਼ਰੂਰ ਹੁੰਦਾ ਸੀ ਜਿਹੜਾ ਮੁਗਲ ਸਰਕਾਰ ਦਾ ਹਿੱਸਾ ਸੀ, ਪਰ ਉਹਦੇ ਕੋਲ ਤਾਕਤ ਕੋਈ ਨਹੀਂ ਸੀ ਹੈਗੀ। ਸੋ 1739 ਤੋਂ ਲੈ ਕੇ ਤਕਰੀਬਨ ਅਗਲੇ 30-40 ਸਾਲਾਂ ਵਾਸਤੇ ਪੰਜਾਬ ਦੇ ਵਿੱਚ ਕੋਈ ਸੈਂਟਰਲਾਈਜ਼ਡ ਅਥਾਰਿਟੀ ਨਹੀਂ ਸੀ ਹੈਗੀ। ਨਾ ਤਾਂ ਮੁਗਲਾਂ ਦੀ ਸੀ, ਅਤੇ ਅਫਗਾਨੀ ਤਾਂ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ, ਉਹਨਾਂ ਨੂੰ ਉੱਥੇ ਵਸਣ ਦਾ ਜਾਂ ਰਹਿਣ ਦਾ ਕੋਈ ਇੰਟਰਸਟ ਨਹੀਂ ਸੀ ਹੈਗਾ। ਉਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਨੇ ਉੱਠਣਾ ਸ਼ੁਰੂ ਕੀਤਾ, ਅਤੇ ਉੱਠੇ ਕਿਸ ਤਰ੍ਹਾਂ? ਹਰ ਇੱਕ ਸਿੱਖ ਨੂੰ ਯਕੀਨ ਸੀ ਕਿ ਸਰਦਾਰੀ ਮੈਨੂੰ ਗੁਰੂ ਨੇ ਹੀ ਬਖਸ਼ੀ ਹੈ, ਇਹ ਯਕੀਨ ਉਦੋਂ ਤੱਕ ਸਿੱਖਾਂ ਦੇ ਵਿੱਚ ਪੱਕਾ ਸੀ। ਸੋ ਹੋਣਾ ਕੀ ਸ਼ੁਰੂ ਹੋਇਆ ਕਿ ਸਿੱਖਾਂ ਦੇ ਵਿੱਚੋਂ ਜਿਹੜੇ ਸ਼ਖਸ ਸਨ, ਜਿਹੜੇ ਬੜੇ ਬਹਾਦਰ ਸਨ, ਘੁੜਸਵਾਰ ਸਨ, ਤਲਵਾਰ ਚਲਾਉਣਾ ਜਾਣਦੇ ਸਨ, ਉਹਨਾਂ ਦੇ ਇਰਦ ਗਿਰਦ ਹੋਰ ਸਿੰਘ ਇਕੱਠੇ ਹੋਣੇ ਸ਼ੁਰੂ ਹੋ ਗਏ, ਅਤੇ ਉਹਨਾਂ ਦੇ ਗਰੁੱਪਸ ਬਣਨੇ ਸ਼ੁਰੂ ਹੋ ਗਏ। ਸੋ ਤਕਰੀਬਨ ਉਸ ਟਾਈਮ 'ਤੇ 12 ਐਸੇ ਗਰੁੱਪਸ ਬਣੇ ਜਿਨ੍ਹਾਂ ਨੂੰ ਅਸੀਂ ਮਿਸਲ ਕਹਿੰਦੇ ਹੈਗੇ ਹਾਂ। ਸੋ 12 ਮਿਸਲਾਂ ਬਣੀਆਂ। ਅੱਛਾ, ਇਹ ਇੱਕ ਪੰਜਾਬੀ ਜਾਂ ਸਿੱਖ ਆਡੀਅੰਸ ਬਾਰੇ ਦੇ ਸਾਹਮਣੇ ਕਹਿਣ ਵਾਸਤੇ ਬੜੀ ਇਹ ਪੋਲਾਈਟ ਗੱਲ ਨਹੀਂ ਹੈਗੀ, ਪਰ ਮੈਂ ਤੁਹਾਨੂੰ ਦੱਸਦਾ ਵਾਂ ਉਹ ਕੀ ਕਰਦੀਆਂ ਸੀ ਮਿਸਲਾਂ ਸਾਰੀਆਂ। ਇੱਕ ਦੂਜੇ ਨਾਲ ਲੜਾਈ, ਲੁੱਟਮਾਰ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਚੀਨ ਦਾ ਤਰੀਕਾ ਹੀ ਉਹ ਹੁੰਦਾ ਸੀ, ਟੈਰੀਟਰੀ ਵਾਸਤੇ, ਜ਼ਮੀਨ ਵਾਸਤੇ, ਪੈਸੇ ਵਾਸਤੇ ਮਿਸਲਾਂ ਇੱਕ ਦੂਜੇ ਦੇ ਨਾਲ ਲਗਾਤਾਰ ਲੜਦੀਆਂ ਸੀ ਖੁੱਲ੍ਹ ਕੇ। ਪਰ ਜਦੋਂ ਕੋਈ ਐਕਸਟਰਨਲ ਥ੍ਰੈਟ ਹੁੰਦੀ ਸੀ ਉਦੋਂ ਸਾਰੇ ਇੱਕਜੁੱਟ ਹੋ ਜਾਂਦੇ ਸੀ। ਸੋ ਉਸ ਟਾਈਮ 'ਤੇ ਇਹ ਸਿਚੁਏਸ਼ਨ ਸੀ ਪੰਜਾਬ ਦੀ ਕਿ 12 ਮਿਸਲਾਂ, ਕਿਸੇ ਨੇ ਉਹਨਾਂ ਨੂੰ ਰਾਜ ਬਖਸ਼ਿਆ ਨਹੀਂ ਸੀ, ਫਾਰਮਲੀ ਰਾਜ ਨਹੀਂ ਸੀ ਕਰਦੇ, ਡੀ ਫੈਕਟੋ ਇਨਫੋਰਮਲੀ ਉਹ ਪੰਜਾਬ ਦੇ ਵਿੱਚ 12 ਮਿਸਲਾਂ ਰਾਜ ਕਰਦੀਆਂ ਸਨ। ਇਹਨਾਂ 'ਚੋਂ ਕੁਛ ਮਿਸਲਾਂ ਬੜੀਆਂ ਛੋਟੀਆਂ ਅਤੇ ਕਮਜ਼ੋਰ ਸਨ, ਕੁਛ ਬੜੀਆਂ ਤਾਕਤਵਰ ਸਨ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸ਼ੁਕਰ ਚੱਕੀਆ ਮਿਸਲ ਦੇ ਵਿੱਚ ਹੋਇਆ, ਜਿਹੜਾ ਕਿ ਪਾਕਿਸਤਾਨ ਪੰਜਾਬ ਦੇ ਗੁਜਰਾਂ ਵਾਲਾ ਏਰੀਆ ਦੇ ਵਿੱਚ ਹੈਗਾ। ਸੋ ਇਹ ਤਕਰੀਬਨ ਸਾਰੀਆਂ ਮਿਸਲਾਂ ਦੇ ਵਿੱਚੋਂ ਛੋਟੀ ਅਤੇ ਕਮਜ਼ੋਰ ਮਿਸਲ ਸੀ। ਦੋ ਮਿਸਲਾਂ ਬੜੀਆਂ ਤਾਕਤਵਰ ਹੁੰਦੀਆਂ ਸੀ ਖਾਸ ਤੌਰ 'ਤੇ, ਇੱਕ ਤਾਂ ਭੰਗੀ ਮਿਸਲ ਜਿਨ੍ਹਾਂ ਦੀ ਟੈਰੀਟਰੀ ਵੈਸਟ ਪੰਜਾਬ ਦੇ ਵਿੱਚ ਹੈਗੀ ਸੀ, ਜੇਹਲਮ ਦੇ ਦਰਿਆ ਤੱਕ, ਜੇਹਲਮ ਤੱਕ ਉਹਨਾਂ ਦੀ ਟੈਰੀਟਰੀ ਚੱਲਦੀ ਸੀ, ਅਤੇ ਦੂਸਰੀ ਸੀ ਘਨੱਈਆ ਮਿਸਲ ਜਿਹੜੀ ਕਿ ਬਟਾਲਾ ਏਰੀਆ ਦੇ ਵਿੱਚ ਉਹਨਾਂ ਦੀ ਟੈਰੀਟਰੀ ਸੀ ਅਤੇ ਫੁੱਟਹਿਲਸ ਤੱਕ, ਉਹ ਦੋਨੋਂ ਬਹੁਤ ਤਾਕਤਵਰ ਸਨ। ਉਸ ਟਾਈਮ 'ਤੇ ਜਦੋਂ ਮਿਸਲਾਂ ਦਾ ਪੰਜਾਬ 'ਤੇ ਕਬਜ਼ਾ ਸੀ, ਕੋਈ ਸੋਚ ਹੀ ਨਹੀਂ ਸੀ ਸਕਦਾ ਕਿ ਕੋਈ ਇਹਨਾਂ 'ਚੋਂ ਰਾਜਾ ਬਣ ਸਕਦਾ। ਉਹ ਕਿਉਂ? ਆਪਸ ਨਾਲ ਲੜਦੇ ਸੀ, ਹਰ ਇੱਕ ਨੂੰ ਲੱਗਦਾ ਸੀ ਮੇਰੇ ਤੋਂ ਵੱਡਾ ਸਰਦਾਰ ਤਾਂ ਕੋਈ ਹੈ ਨਹੀਂ, ਕਿਸੇ ਦੇ ਅੱਗੇ ਮੈਂ ਕਿਉਂ ਸਿਰ ਝੁਕਾਵਾਂ। ਸੋ ਇਹ ਜਿਹੜੀ ਰਿਪਬਲਿਕਨ ਸਪਿਰਿਟ ਸਿੱਖਾਂ ਦੇ ਵਿੱਚ ਉਸ ਵੇਲੇ ਹੁੰਦੀ ਸੀ, ਇਹ ਇੱਕ ਸੈਂਸ ਦੇ ਵਿੱਚ ਸਿੱਖਾਂ ਦੀ ਬੜੀ ਵੱਡੀ ਤਾਕਤ ਸੀ। ਤਾਕਤ ਇਸ ਕਰਕੇ ਸੀ ਕਿਉਂਕਿ ਜਿਹੜਾ ਉਹਨਾਂ ਦਾ ਪਾਵਰ ਸੀ ਉਹ ਸੈਂਟਰਲਾਈਜ਼ ਨਹੀਂ ਸੀ ਹੈਗਾ, ਉਹ ਸਾਰਾ ਡਿਸਟ੍ਰੀਬਿਊਟਿਡ ਸੀ, ਅਤੇ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਕਾਬਿਲ ਸਰਦਾਰ ਸਨ। ਸੋ ਫਿਰ ਸਵਾਲ ਆਉਂਦਾ ਹੈ ਕਿ ਸਭ ਤੋਂ ਕਮਜ਼ੋਰ ਮਿਸਲ ਦੇ ਵਿੱਚੋਂ ਇੱਕ ਬੱਚਾ, ਕਿਉਂਕਿ ਬੱਚਾ ਹੀ ਸੀ ਰਣਜੀਤ ਸਿੰਘ ਉਸ ਵੇਲੇ ਜਦੋਂ ਲਾਹੌਰ ਦਾ ਰਾਜਾ ਬਣਿਆ, 20 ਸਾਲ ਉਹਦੀ ਉਮਰ ਸੀ, ਉਹ ਕਿਵੇਂ ਉੱਥੋਂ ਤੱਕ ਪਹੁੰਚਿਆ? ਇੱਕ ਕਹਾਣੀ ਕਿਤਾਬ ਦੇ ਵਿੱਚ ਹੈਗੀ ਹੈ ਜਿਹੜੀ ਕਿ ਇਸ ਸਵਾਲ ਦਾ ਜਵਾਬ ਦਿੰਦੀ ਹੈ, ਅਤੇ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਨਾ ਹੋਵੇ, ਪਰ ਬਹੁਤ ਸਾਰਾ ਕ੍ਰੈਡਿਟ ਮਹਾਰਾਜਾ ਰਣਜੀਤ ਸਿੰਘ ਦੇ ਰਾਜਾ ਬਣਨ ਦਾ ਉਹਨਾਂ ਦੀ ਸੱਸ ਨੂੰ ਜਾਂਦਾ ਹੈ, ਮਾਤਾ ਸਦਾ ਕੌਰ ਜਿਨ੍ਹਾਂ ਦਾ ਨਾਂ ਸੀ। ਸੋ ਸਦਾ ਕੌਰ ਘਨੱਈਆ ਮਿਸਲ ਦੀ ਨੂੰਹ ਸੀ। ਸੋ ਬੜੀ ਛੋਟੀ ਉਮਰ ਦੇ ਵਿੱਚ ਜਿਹੜੇ ਉਹਨਾਂ ਦੇ ਪਤੀ ਸਨ, ਘਨੱਈਆ ਮਿਸਲ ਦੇ ਸਰਦਾਰ ਦੇ ਪੁੱਤਰ, ਜੇ ਮੈਨੂੰ ਠੀਕ ਯਾਦ ਆ ਰਿਹਾ ਤਾਂ ਗੁਰਬਖਸ਼ ਸਿੰਘ ਨਾਂ ਸੀ ਉਹਨਾਂ ਦਾ, ਹੋ ਸਕਦਾ ਮੈਂ ਭੁੱਲ ਰਿਹਾ ਹੋਵਾਂ, ਉਹ ਲੜਾਈ ਦੇ ਵਿੱਚ ਮਾਰੇ ਗਏ। ਅਤੇ ਮਾਰਿਆ ਕਿਹਨੇ? ਰਣਜੀਤ ਸਿੰਘ ਦੇ ਪਿਤਾ ਨੇ।
ਆਪਸ ਦੇ ਵਿੱਚ ਉਹਨਾਂ ਦੀ ਲੜਾਈ ਹੋ ਗਈ। ਸਦਾ ਕੌਰ ਇੱਕ ਬਹੁਤ ਸਿਆਣੀ ਤੇ ਦੂਰਦਰਸ਼ੀ ਕਿਸਮ ਦੀ ਔਰਤ ਸੀ। ਉਹਨੂੰ ਮਹਿਸੂਸ ਹੋਇਆ ਕਿ ਅੱਗੇ ਜਾ ਕੇ ਘਨੱਈਆ ਮਿਸਲ ਨੇ ਕਮਜ਼ੋਰ ਹੋਣਾ, ਤੇ ਉਹਨੂੰ ਇਸ ਤਰ੍ਹਾਂ ਵੀ ਮਹਿਸੂਸ ਹੋਇਆ ਕਿ ਆਹ ਜਿਹੜੇ ਸ਼ੁਕਰ ਚੱਕੀਏ ਨੇ ਇਹਨਾਂ ਦੇ ਵਿੱਚ ਉੱਦਮ ਬੜਾ ਹੈਗਾ। ਤੇ ਉਹਨੇ ਬੜੀ ਛੋਟੀ ਉਮਰ ਦੇ ਵਿੱਚ ਆਪਣੀ ਕੁੜੀ ਮਹਿਤਾਬ ਕੌਰ ਦੀ ਕੁੜਮਾਈ ਰਣਜੀਤ ਸਿੰਘ ਦੇ ਨਾਲ ਕਰਾ ਦਿੱਤੀ। ਦੂਰਦਰਸ਼ੀ ਦੇਖੋ, ਹਾਲਾਂਕਿ ਉਸੇ ਰਣਜੀਤ ਸਿੰਘ ਦੇ ਪਿਓ ਨੇ ਉਸ ਦੇ ਸਿੰਘ ਨੂੰ ਲੜਾਈ ਦੇ ਵਿੱਚ ਮਾਰਿਆ ਸੀ। ਸੋ ਪਹਿਲੀ ਸਟ੍ਰੈਟੇਜਿਕ ਗੱਲ ਜਿਹੜੀ ਮਾਤਾ ਸਦਾ ਕੌਰ ਨੇ ਕੀਤੀ। ਅੱਛਾ, ਇਹ 1797 ਤਕਰੀਬ ਦੀ ਗੱਲ ਹੈਗੀ ਹੈ। ਅਹਿਮਦ ਸ਼ਾਹ ਦੁਰਾਨੀ ਆਲਮੋਸਟ 25 ਸਾਲ ਪਹਿਲਾਂ ਮਰ ਚੁੱਕਾ ਸੀ। ਉਸ ਤੋਂ ਬਾਅਦ ਅਫਗਾਨਿਸਤਾਨ ਦੇ ਤਖ਼ਤ 'ਤੇ ਬੈਠਾ ਉਹਦਾ ਪੁੱਤਰ ਤੈਮੂਰ। ਸੋ ਤੈਮੂਰ ਕੋਈ ਬਹੁਤ ਵਧੀਆ ਬਾਦਸ਼ਾਹ ਨਹੀਂ ਸੀ ਹੈਗਾ, ਉਹਨੇ ਕੁਛ ਆਪਣੀ ਲਾਈਫ 'ਚ ਜ਼ਿਆਦਾ ਅਕੰਪਲਿਸ਼ ਨਹੀਂ ਕੀਤਾ। ਉਹਨੇ ਇੱਕ ਮੁਗਲ ਰਾਜਕੁਮਾਰੀ ਨਾਲ ਵਿਆਹ ਜ਼ਰੂਰ ਕਰਾਇਆ, ਜਿਹਦੇ ਵਿੱਚ ਦਾਜ ਵਿੱਚ ਉਹਨੂੰ ਪੰਜਾਬ ਦਿੱਤਾ ਗਿਆ। ਸੋ ਅਫਗਾਨੀ ਜਿਹੜੇ ਸਨ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਹੁਣ ਪੰਜਾਬ ਸਾਡੀ ਟੈਰੀਟਰੀ ਹੈ, ਕਿਉਂਕਿ ਇਹ ਮੈਟਰੀਮੋਨੀਅਲ ਅਲਾਇੰਸ ਦੇ ਵਿੱਚ ਸਾਨੂੰ ਪੰਜਾਬ ਦੇ ਦਿੱਤਾ ਗਿਆ ਹੈ। ਅੱਛਾ, ਹੈ ਸੀ ਉਹਨਾਂ ਦਾ ਸੂਬਾ, ਰਾਜ ਕਰਦੇ ਸੀ ਸਿੱਖ ਉੱਥੇ, ਕਿਉਂਕਿ ਅਫਗਾਨੀ ਤਾਂ ਰਹਿੰਦੇ ਸੀ ਕਾਬੁਲ ਪਿਸ਼ਾਵਰ। ਤੈਮੂਰ ਦਾ ਪੁੱਤਰ ਸ਼ਾਹ ਜ਼ਮਨ ਜਦੋਂ ਤਖ਼ਤ 'ਤੇ ਬੈਠਾ ਤਾਂ ਉਹਨੇ ਫੈਸਲਾ ਕੀਤਾ ਕਿ ਇਹ ਪੰਜਾਬ ਸਾਡਾ ਹੈ ਅਤੇ ਚਲਦੀ ਸਾਡੀ ਉੱਥੇ ਹੈ ਨਹੀਂ, ਇਹ ਠੀਕ ਨਹੀਂ ਹੈਗਾ, ਸਾਨੂੰ ਕੁਛ ਕਰਨਾ ਪੈਣਾ। ਉਹਨੇ ਫੌਜ ਇਕੱਠੀ ਕਰਨੀ ਸ਼ੁਰੂ ਕੀਤੀ, ਵੱਡੀ ਫੌਜ ਲੈ ਕੇ ਜ਼ਲਮ ਵਾਲਾ ਨੇ ਆਉਣਾ ਸ਼ੁਰੂ ਕਰ ਦਿੱਤਾ। ਬੜੇ ਸਾਲਾਂ ਤੋਂ ਸਿੱਖਾਂ ਦਾ ਇਹ ਤਰੀਕਾ ਹੁੰਦਾ ਸੀ ਕਿ ਜਦੋਂ ਵੀ ਅਫਗਾਨ ਆਉਂਦੇ ਸਨ ਸਾਰੇ ਨੱਸ ਜਾਂਦੇ ਸਨ। ਕਿਉਂ? ਕਿਉਂਕਿ ਸਿੱਖਾਂ ਦੀ ਫੌਜ ਤਾਂ ਬੜੀ ਨਿੱਕੀ ਜਿਹੀ ਸੀ, ਅਫਗਾਨਾਂ ਦੀ ਫੌਜ ਬਹੁਤ ਵੱਡੀ ਸੀ। ਸੋ ਉਹਨਾਂ ਨੂੰ ਪਤਾ ਸੀ ਕਿ ਅਸੀਂ ਡਾਇਰੈਕਟਲੀ ਉਹਨਾਂ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ। ਜਦੋਂ ਅਫਗਾਨ ਵਾਪਸ ਜਾਂਦੇ ਸਨ ਉਦੋਂ ਸਿੱਖ ਉਹਨਾਂ 'ਤੇ ਹਮਲਾ ਕਰਦੇ ਸਨ। ਇਹ ਰਤਨ ਸਿੰਘ ਭੰਗੂ ਸਾਡੇ ਇਤਿਹਾਸਕਾਰ ਹੋਏ ਨੇ, ਉਹਨਾਂ ਨੇ ਲਿਖਿਆ, ਹੋਰ ਇਤਿਹਾਸਕਾਰਾਂ ਨੇ ਵੀ ਲਿਖਿਆ, ਸਿੱਖਾਂ ਦਾ ਜਿਹੜਾ ਤਰੀਕਾ ਸੀ ਲੜਨ ਦਾ ਉਹਨੂੰ ਅਸੀਂ ਮਾਡਰਨ ਜ਼ਮਾਨੇ ਦੇ ਵਿੱਚ ਗੁਰੇਲਾ ਵਾਰਫੇਅਰ ਕਹਾਂਗੇ। ਉਹ ਪੰਜਾਬੀ 'ਚ ਕਹਿੰਦੇ ਸੀ ਢਾਈ ਫੱਟ। ਢਾਈ ਫੱਟ ਤੋਂ ਮਤਲਬ ਕਿ ਤੁਸੀਂ ਹਮਲਾ ਕਰੋ ਫਿਰ ਭੱਜ ਜਾਓ, ਅਤੇ ਜਦੋਂ ਦੁਸ਼ਮਣ ਤੁਹਾਡੇ ਪਿੱਛੇ ਆਏ ਤੁਸੀਂ ਮੌਕੇ ਦੀ ਥਾਂ 'ਤੇ ਮੁੜ ਕੇ ਫਿਰ ਉਹਨਾਂ ਨੂੰ ਹਮਲਾ ਕਰੋ। ਸੋ ਇਹ ਢਾਈ ਫੱਟ ਸਿੱਖਾਂ ਦੇ ਟੈਕਟਿਕਸ ਬੜੇ ਇਫੈਕਟਿਵ ਹੁੰਦੇ ਸਨ। ਉਹਨਾਂ ਦੇ ਨਾਲ ਉਹ ਬਹੁਤ ਜ਼ਿਆਦਾ ਅਹਿਮਦ ਸ਼ਾਹ ਅਬਦਾਲੀ ਦੇ ਨੱਕ 'ਚ ਉਹਨਾਂ ਨੇ ਦਮ ਕੀਤਾ ਹੋਇਆ ਸੀ ਜਦੋਂ ਵੀ ਵਾਪਸ ਜਾਂਦਾ ਸੀ, ਕਿਉਂਕਿ ਉਹਨਾਂ ਕੋਲ ਬਹੁਤ ਸਾਰੇ ਗੱਡੇ ਹੁੰਦੇ ਸੀ ਜਿਹਦੇ 'ਚ ਉਹਨਾਂ ਨੇ ਆਪਣਾ ਲੁੱਟਿਆ ਹੋਇਆ ਸਮਾਨ ਰੱਖਿਆ ਹੁੰਦਾ ਸੀ, ਨਾਲ ਕਿੰਨੀਆਂ ਹੀ ਬੀਬੀਆਂ ਖਾਸ ਕਰਕੇ ਹੁੰਦੀਆਂ ਸੀ ਜਿਨ੍ਹਾਂ ਨੂੰ ਉਹ ਕੈਪਚਰ ਕਰਕੇ ਲੈ ਕੇ ਜਾਂਦੇ ਸੀ। ਉਦੋਂ ਸਿੱਖ ਆ ਕੇ ਹਮਲਾ ਕਰਦੇ ਸੀ ਅਤੇ ਉਹਨਾਂ ਨੂੰ ਬਚਾ ਕੇ ਲੈ ਕੇ ਜਾਂਦੇ ਸਨ ਅਤੇ ਲੁੱਟਦੇ ਵੀ ਸਨ ਅਫਗਾਨਾਂ ਨੂੰ। ਉਹ ਵੀ ਉਹਨਾਂ ਦਾ ਬੜਾ ਵੱਡਾ ਇਨਸੈਂਟਿਵ ਸੀ ਕਿ ਵੀ ਇਹਨਾਂ ਕੋਲ ਬਹੁਤ ਸਾਰਾ ਮਾਲ ਹੈ, ਅਸੀਂ ਲੈ ਕੇ ਜਾਣਾ ਹੈ। ਸੋ ਆਹ ਤਰੀਕਾ ਸਿੱਖਾਂ ਦਾ ਲੜਨ ਦਾ ਬਣਿਆ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸਿੱਖਿਜ਼ਮ ਦਾ ਇੱਕ ਬੜਾ ਪੁਰਾਣਾ ਇੱਕ ਇੰਸਟੀਟਿਊਸ਼ਨ ਹੈ ਸਰਬੱਤ ਖਾਲਸਾ, ਉਹ ਬਹੁਤ ਮਹੱਤ ਰੱਖਦਾ ਸੀ। ਜਦੋਂ ਵੀ ਕੋਈ ਵੱਡਾ ਫੈਸਲਾ ਲਿਆ ਜਾਂਦਾ ਸੀ ਸਾਰੇ ਸਰਦਾਰ ਉੱਥੇ ਇਕੱਠੇ ਹੁੰਦੇ ਸਨ, ਆਮ ਸਿੱਖ ਵੀ ਇਕੱਠੇ ਹੁੰਦੇ ਸਨ ਸ੍ਰੀ ਅਕਾਲ ਤਖ਼ਤ 'ਤੇ, ਅਤੇ ਉੱਥੇ ਪਹਿਲਾਂ ਤਾਂ ਡਿਬੇਟ ਡਿਸਕਸ਼ਨ ਹੁੰਦੀ ਸੀ, ਫਿਰ ਇਹ ਉਸ ਤੋਂ ਬਾਅਦ ਡਿਸੀਜਨ ਲਿਆ ਜਾਂਦਾ ਸੀ ਕਿ ਕੀ ਕਰਨਾ, ਫਿਰ ਗੁਰਮਤੇ ਦਾ ਐਲਾਨ ਹੁੰਦਾ ਸੀ ਅਤੇ ਸਾਰੇ ਉਸ ਦੇ ਉੱਤੇ ਚੱਲਦੇ ਸਨ, ਭਾਵੇਂ ਆਪਣਾ ਆਪਣਾ ਵਿਚਾਰ ਕੁਛ ਵੀ ਹੋਏ, ਇਹ ਉਸ ਵੇਲੇ ਪ੍ਰੋਸੈਸ ਹੁੰਦਾ ਸੀ। ਸੋ 1797 ਦੀ ਗੱਲ ਹੈ, ਸ਼ਾਹ ਜ਼ਮਨ ਆ ਰਿਹਾ ਵੱਡੀ ਫੌਜ ਲੈ ਕੇ ਅਕਾਲ ਤਖ਼ਤ ਦੇ ਵਿੱਚ, ਸਰਬੱਤ ਖਾਲਸਾ ਸੈਸ਼ਨ ਦੇ ਵਿੱਚ ਹੈਗਾ, ਸਾਰੇ ਵੱਡੇ ਵੱਡੇ ਸਰਦਾਰ ਬੈਠੇ ਹੋਏ ਨੇ ਉੱਥੇ। ਸਾਹਿਬ ਸਿੰਘ ਫੁਲਕੀਆਂ, ਜਿਹੜਾ ਕਿ ਫੁਲਕੀਆਂ ਮਿਸਲ ਦਾ ਜਥੇਦਾਰ ਸੀ, ਜਿਹੜਾ ਮਾਡਰਨ ਪਟਿਆਲਾ ਸਟੇਟ ਬਣਿਆ ਬਾਅਦ ਦੇ ਵਿੱਚ ਜਾ ਕੇ, ਸਾਹਿਬ ਸਿੰਘ ਭੰਗੀ ਜਿਹੜਾ ਭੰਗੀ ਮਿਸਲ ਦਾ ਜਥੇਦਾਰ ਸੀ, ਅੱਛਾ ਸਾਹਿਬ ਸਿੰਘ ਬੇਦੀ ਜਿਹੜੇ ਕਿ ਗੁਰੂ ਨਾਨਕ ਸਾਹਿਬ ਦੀ ਫੈਮਿਲੀ ਦੇ ਵਿੱਚੋਂ ਹੈਗੇ ਸਨ, ਬੜੀ ਉਹਨਾਂ ਦੀ ਰਿਸਪੈਕਟ ਸੀ ਸਿੱਖਾਂ ਦੇ ਵਿੱਚ। ਅਕਾਲੀ ਫੁੱਲਾ ਸਿੰਘ ਉੱਥੇ ਬੈਠੇ ਹੋਏ ਨੇ, ਸਾਰੇ ਸਰਦਾਰ ਬੈਠੇ ਹੋਏ ਨੇ, ਬੜੀ ਡਿਸਕਸ਼ਨ ਹੋ ਗਈ ਹੈ।
ਤੇ ਬਸ ਹੁਣ ਫੈਸਲੇ ਤੇ ਜਕਾਰੇ ਦਾ ਹੀ ਬਸ ਹੁਣ ਕਸਰ ਬਾਕੀ ਹੈ। ਫੈਸਲਾ ਇਹ ਲਿਆ ਗਿਆ ਹੈ ਕਿ ਅਫਗਾਨ ਆ ਰਹੇ ਨੇ, ਫਿਰ ਤੋਂ ਭੱਜੋ, ਜਦੋਂ ਵਾਪਸ ਜਾਣਗੇ ਫਿਰ ਤੋਂ ਉਹਨਾਂ ਨੂੰ ਅਟੈਕ ਕਰੋ। ਇੱਕ ਬੀਬੀ ਖੜੀ ਹੁੰਦੀ ਹੈ ਉੱਥੇ, ਤੁਸੀਂ ਇਮੈਜਿਨ ਕਰੋ, 200 ਸਾਲ ਲੰਘ ਚੁੱਕੇ ਸਨ, ਗੁਰੂ ਨਾਨਕ ਸਾਹਿਬ ਨੇ ਐਲਾਨ ਕੀਤਾ ਸੀ ਕਿ ਔਰਤਾਂ ਅਤੇ ਮਰਦਾਂ ਦੀ ਬਰਾਬਰੀ ਹੈ। ਸੋ ਇੱਕ ਲੈਵਲ 'ਤੇ ਸਿੱਖਾਂ ਨੂੰ ਇਸ ਗੱਲ ਦੀ ਸਮਝ ਵੀ ਸੀ, ਪਰ ਅਸਲੀਅਤ ਤਾਂ ਤੁਸੀਂ ਜਾਣਦੇ ਹੋ, ਬਰਾਬਰੀ ਤਾਂ ਅੱਜ ਵੀ ਨਹੀਂ ਹੋਈ, 300 ਸਾਲ ਪਹਿਲਾਂ ਕੀ ਹੋਣੀ ਸੀ। ਸੋ ਉਸ ਸਭਾ ਦੇ ਵਿੱਚ ਇੱਕ ਔਰਤ ਦਾ ਖੜੇ ਹੋ ਕੇ ਬੋਲਣਾ ਹੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਸੀ। ਅਤੇ ਅੱਗਿਓਂ ਬੋਲਿਆ ਕੀ, ਲਲਕਾਰਿਆ ਸਰਦਾਰਾਂ ਨੂੰ, ਕਿਹਾ ਕਿ ਤੁਸੀਂ ਬੁਝਦੇ ਲੈ ਗਏ ਹੋ, ਇਹ ਪੁਸ਼ਤਾਂ ਤੋਂ ਅਫਗਾਨ ਆ ਰਹੇ ਨੇ, ਜੋ ਕੁਛ ਵੀ ਸਾਡੇ ਕੋਲ ਹੈਗਾ ਲੁੱਟ ਕੇ ਲੈ ਜਾਂਦੇ ਨੇ, ਸਾਡੇ ਬੱਚਿਆਂ ਦੀ ਇਹ ਬੇਇੱਜ਼ਤੀ ਕਰਦੇ ਹੈਗੇ ਨੇ, ਤੁਸੀਂ ਕਿੰਨੀ ਦੇਰ ਇਸ ਨੂੰ ਟੋਲਰੇਟ ਕਰੋਗੇ। ਸੁਣਿਆ ਪਰ ਵਿਚਾਰ ਸਭ ਦਾ ਇਹੀ ਸੀ ਕਿ ਵੀ ਅਸੀਂ ਨਹੀਂ ਕਰ ਸਕਦੇ ਮੁਕਾਬਲਾ। ਫਿਰ ਸਦਾ ਕੌਰ ਨੇ ਹੋਰ ਲਲਕਾਰਿਆ, ਕਹਿੰਦੇ ਤੁਸੀਂ ਜਾਓ, ਅਸੀਂ ਬੀਬੀਆਂ ਲੜਾਂਗੀਆਂ। ਸਾਰੀ ਡਿਸਕਸ਼ਨ ਤੋਂ ਬਾਅਦ ਗੁਰਮਤਾ ਇਹ ਲਿਆ ਗਿਆ ਕਿ ਅਸੀਂ ਪਹਿਲੀ ਵਾਰੀ ਅਫਗਾਨਾਂ ਦਾ ਮੁਕਾਬਲਾ ਕਰਾਂਗੇ। ਇਹ ਕਰਵਾਇਆ ਕਿਹਨੇ? ਸਦਾ ਕੌਰ ਨੇ। ਅੱਛਾ, ਫਿਰ ਸਵਾਲ ਉੱਠਿਆ ਕਿ ਅਗਵਾਈ ਕੌਣ ਕਰੇਗਾ? ਘਨੱਈਆ ਮਿਸਲ ਕੋਲ ਬੜੀ ਫੌਜ ਸੀ ਪਰ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ, ਬੀਬੀ ਸਦਾ ਕੌਰ ਤਾਂ ਕਰ ਨਹੀਂ ਸੀ ਸਕਦੀ ਆਪੇ। ਸੋ ਬੀਬੀ ਸਦਾ ਕੌਰ ਕਹਿੰਦੀ ਮੇਰਾ ਪੁੱਤਰ ਕਰੇਗਾ, 17 ਸਾਲਾਂ ਦਾ ਮੁੰਡਾ। ਸੋ ਫੈਸਲਾ ਲਿਆ ਗਿਆ ਕਿ ਸਾਰੀ ਕੰਬਾਈਂਡ ਸਿੱਖ ਫੌਜ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਅਫਗਾਨਾਂ ਦਾ ਮੁਕਾਬਲਾ ਕਰੇਗੀ। ਮੁਕਾਬਲਾ ਹੋਇਆ ਤੇ ਪਹਿਲੀ ਵਾਰ ਕਿਸੇ ਫੌਜ ਨੇ ਅਫਗਾਨਾਂ ਨੂੰ ਹਰਾਇਆ। ਉਸ ਦਿਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ, ਉਸ ਵੇਲੇ ਮਹਾਰਾਜਾ ਨਹੀਂ ਸੀ, ਰਣਜੀਤ ਸਿੰਘ ਦਾ ਨਾਂ ਚੜ੍ਹਨਾ ਸ਼ੁਰੂ ਹੋਇਆ। 3 ਸਾਲਾਂ ਬਾਅਦ ਲਾਹੌਰ ਉਸ ਵੇਲੇ ਭੰਗੀ ਸਰਦਾਰਾਂ ਦੇ ਕਬਜ਼ੇ ਦੇ ਵਿੱਚ ਹੈਗਾ ਸੀ, ਜਿਹੜੇ ਕਿ ਅਯਾਸ਼ ਵੀ ਬੜੇ ਸਨ ਅਤੇ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਮਾੜੀ ਵੀ ਬੜੀ ਸੀ। ਸੋ ਲਾਹੌਰ ਦੇ ਕੁਝ ਵਾਸੀਆਂ ਨੇ ਸੁਨੇਹਾ ਭੇਜਿਆ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਤੁਸੀਂ ਆਓ ਅਤੇ ਲਾਹੌਰ 'ਤੇ ਕਬਜ਼ਾ ਕਰੋ। ਸਦਾ ਕੌਰ ਦੇ ਨਾਲ, ਸਦਾ ਕੌਰ ਘੋੜੇ 'ਤੇ ਚੜ੍ਹ ਕੇ ਨਾਲ ਫੌਜਾਂ ਦੇ ਨਾਲ ਗਏ ਰਣਜੀਤ ਸਿੰਘ ਦੇ, ਉਹਨਾਂ ਨੇ ਜਾ ਕੇ ਲਾਹੌਰ ਦੇ ਵਿੱਚ ਲਾਹੌਰ 'ਤੇ ਕਬਜ਼ਾ ਕੀਤਾ। ਅਤੇ 1 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਸਾਹਿਬ ਸਿੰਘ ਬੇਦੀ ਜੀ ਨੇ ਤਿਲਕ ਲਗਾਇਆ ਅਤੇ ਐਲਾਨ ਹੋਇਆ ਕਿ ਇਹ ਪੰਜਾਬ ਦੇ ਬਾਦਸ਼ਾਹ ਹਨ। ਸੋ ਇਹ ਇੱਕ ਬੜੀ ਇਮਪ੍ਰੋਬੇਬਲ ਕਹਾਣੀ ਹੈਗੀ ਹੈ ਅਤੇ ਮੈਨੂੰ ਇਹ ਖਾਸ ਕਰਕੇ ਗੱਲ ਬੜੀ ਇੰਟਰਸਟਿੰਗ ਲੱਗਦੀ ਹੈ ਕਿ ਜੇ ਬੀਬੀ ਸਦਾ ਕੌਰ ਦੀ ਵਿਜ਼ਨ ਨਾ ਹੁੰਦੀ ਅਤੇ ਨਾ ਰਣਜੀਤ ਸਿੰਘ ਨੇ ਮਹਾਰਾਜਾ ਬਣਨਾ ਸੀ ਅਤੇ ਨਾ ਹੀ ਕੋਈ ਸਿੱਖ ਦਰਬਾਰ ਹੋਣਾ ਸੀ। ਅੱਛਾ, ਅੰਤ ਉਹਨਾਂ ਦਾ ਬਹੁਤ ਮਾੜਾ ਹੋਇਆ, ਜਿਹਦੇ ਬਾਰੇ ਮੈਂ ਹੁਣ ਡਿਟੇਲਸ ਤੁਹਾਨੂੰ ਨਹੀਂ ਦੱਸਾਂਗਾ, ਮੇ ਬੀ ਇਹ ਤੁਹਾਨੂੰ ਇਨਸੈਂਟਿਵ ਹੈਗਾ ਥੋੜ੍ਹਾ ਜਿਹਾ ਕਿਤਾਬ ਪੜ੍ਹਨ ਵਾਸਤੇ। ਪਰ ਉਹਨਾਂ ਦਾ ਰਿਲੇਸ਼ਨਸ਼ਿਪ ਰਣਜੀਤ ਸਿੰਘ ਦੇ ਨਾਲ ਬਹੁਤ ਖਰਾਬ ਹੋ ਗਿਆ ਅਤੇ ਆਖਰੀ ਕਈ ਸਾਲਾਂ ਦੇ ਵਿੱਚ ਰਣਜੀਤ ਸਿੰਘ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਅਤੇ ਬੜੀ ਗੁਰਬਤ ਦੇ ਵਿੱਚ, ਮਾੜੀ ਹਾਲਤ ਦੇ ਵਿੱਚ ਮਾਤਾ ਸਦਾ ਕੌਰ ਦੀ ਡੈਥ ਜੇਲ੍ਹ ਦੇ ਵਿੱਚ ਹੋਈ। ਸੋ ਇਹ ਇੱਕ ਬੜੀ ਅੰਗਰੇਜ਼ੀ ਜਿਹਨੂੰ ਅਸੀਂ ਪੋਇਨੀਅੰਟ ਕਹਾਂਗੇ, ਇਸ ਤਰ੍ਹਾਂ ਦੀ ਕਹਾਣੀ ਹੈਗੀ ਹੈ ਕਿ ਉਹ ਔਰਤ ਜਿਸ ਨੇ ਇੰਨਾ ਵੱਡਾ ਯੋਗਦਾਨ ਜਿਸ ਦਾ ਸੀ, ਉਹਦਾ ਅੰਤ ਇਸ ਕਿਸਮ ਦਾ ਹੋਇਆ। ਅਕਾਲੀ ਫੂਲਾ ਸਿੰਘ ਅਕਾਲ ਤਖਤ ਦੇ ਜਥੇਦਾਰ ਹੁੰਦੇ ਸਨ। ਰਣਜੀਤ ਸਿੰਘ ਦਾ ਨਿੱਜੀ ਜੀਵਨ ਜੈਸਾ ਵੀ ਹੋਵੇ, ਇਹਦੇ 'ਚ ਬਿਲਕੁਲ ਕੋਈ ਸ਼ੱਕ ਨਹੀਂ ਕਿ ਉਹ ਉਹਨਾਂ ਦੀ ਜਿਹੜੀ ਸਾਈਕੀ ਸੀ ਉਹ ਹਰ ਪਾਸਿਓਂ ਸਿੱਖਾਂ ਦੀ ਸਾਈਕੀ ਸੀ। ਉਹ ਮੈਂ ਤੁਹਾਨੂੰ ਇੱਕ ਛੋਟੇ ਜਿਹੇ ਮਜ਼ਾਕ ਦੀ ਗੱਲ ਦੱਸਦਾ ਵਾਂ ਕਿ ਮੈਨੂੰ ਕੁਝ ਅੰਗਰੇਜ਼ਾਂ ਦੀਆਂ ਪੁਸਤਕਾਂ ਲੱਭੀਆਂ ਬਾਅਦ 'ਚ ਲਿਖੀਆਂ, ਜਿਹਦੇ 'ਚ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਇੱਕ ਗੱਲ ਉਹਨਾਂ ਨੇ ਇਹ ਲਿਖੀ ਹੈ ਕਿ ਇਹ ਰਾਜਾ ਬੜਾ ਅਨਪੜ੍ਹ ਹੈਗਾ, ਇਹ ਪਤਾ ਨਹੀਂ ਕੀ ਅੰਧ ਵਿਸ਼ਵਾਸ ਕਰਦਾ ਹੈ, ਇਹ ਜਦੋਂ ਵੀ ਇਹਨੇ ਕੋਈ ਵੀ ਕੰਮ ਕਰਨਾ ਹੁੰਦਾ ਹੈ ਤੇ ਉਹ ਇੱਕ ਕਿਤਾਬ ਆਪਣੀ ਖੁਲਵਾ ਲੈਂਦਾ ਹੈਗਾ ਤੇ ਉਹਦੇ 'ਚੋਂ ਕੁਝ ਪੜ੍ਹਦੇ ਨੇ, ਉਹਦੇ 'ਚ ਭਵਿੱਖਬਾਣੀ ਹੈਗੀ ਹੈ ਸ਼ਾਇਦ, ਓਰੈਕਿਊਲਰ ਰੀਡਿੰਗ, ਉਹ ਹੈ ਕੀ ਸੀ, ਉਹ ਵਾਕ ਹੈਗਾ ਸੀ ਵੀ ਸਿੱਖ ਅੱਜ ਤੱਕ, ਅੱਜ ਵੀ ਕੋਈ ਵੀ ਕੰਮ ਸ਼ੁਰੂ ਕਰਦਾ ਹੈ
ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈਂਦਾ। ਸੋ ਅੰਗਰੇਜ਼ਾਂ ਨੂੰ ਇਹ ਗੱਲ ਬੜੀ ਅਜੀਬ ਲੱਗੀ ਕਿ ਕੋਈ ਵੀ ਕੰਮ ਆਰੰਭਣ ਤੋਂ ਪਹਿਲਾਂ ਉਹਨਾਂ ਨੂੰ ਲੱਗਿਆ ਕੋਈ ਭਵਿੱਖਬਾਣੀ ਲਿਖੀ ਹੋਈ ਹੈ ਕਿਤਾਬ ਦੇ ਵਿੱਚ, ਉਹ ਇਹ ਪੜ੍ਹਦਾ ਪਿਆ ਹੈਗਾ ਤਾਂ ਉਹ ਫੈਸਲਾ ਕਰੇਗਾ ਕਿ ਕੀ ਕਰਨਾ। ਸੋ ਵਾਕ ਲਿਆ ਜਾਂਦਾ ਸੀ, ਅਕਾਲ ਤਖ਼ਤ ਦਾ ਪੂਰਾ ਸਤਿਕਾਰ ਹੁੰਦਾ ਸੀ। ਅਤੇ ਅਕਾਲੀ ਫੂਲਾ ਸਿੰਘ ਦੀ ਸ਼ਖਸੀਅਤ ਵੀ ਐਸੀ ਸੀ, ਬਿਲਕੁਲ ਮਸਤ ਮਲੰਗ। ਉਹ ਕਹਿੰਦੇ ਇੱਕ ਵਾਰੀ ਨਾ ਕਿਸੇ ਬੁਰਜ 'ਤੇ ਬੈਠੇ ਹੋਏ ਸਨ, ਕਹਿਣ ਨੂੰ ਜਰਨੈਲ ਨੇ ਉਹ ਰਣਜੀਤ ਸਿੰਘ ਦੇ, ਉਹ ਰਾਜਾ ਹੈ ਉਹਨਾਂ ਦਾ, ਰਣਜੀਤ ਸਿੰਘ ਆਪਣੇ ਹਾਥੀ 'ਤੇ ਨਿਕਲ ਰਿਹਾ। ਅਤੇ ਤੁਹਾਨੂੰ ਸ਼ਾਇਦ ਪਤਾ ਹੋਏਗਾ ਕਿ ਰਣਜੀਤ ਸਿੰਘ ਕਾਣੇ ਸਨ, ਕਿਉਂਕਿ ਬਚਪਨ ਦੇ ਵਿੱਚ ਉਹਨਾਂ ਨੂੰ ਸਮਾਲ ਪੌਕਸ ਹੋਈ ਸੀ ਅਤੇ ਇੱਕ ਅੱਖ ਉਹਨਾਂ ਦੀ ਖਰਾਬ ਹੋ ਗਈ ਸੀ। ਅਤੇ ਅਕਾਲੀ ਫੂਲਾ ਸਿੰਘ ਜ਼ੋਰ ਦੀ ਕਹਿੰਦੇ, ਉਹ ਕਾਣਿਆ ਮੱਝ 'ਤੇ ਚੜ੍ਹ ਕੇ ਕਿੱਥੇ ਚੱਲਿਆ, ਹਾਥੀ 'ਤੇ ਜਾ ਰਿਹਾ ਆਪਣਾ ਰੋਇਲ ਪ੍ਰੋਸੈਸ਼ਨ ਦੇ ਵਿੱਚ। ਅਤੇ ਰਣਜੀਤ ਸਿੰਘ ਦਾ ਵੀ ਸੁਭਾਅ ਐਸਾ ਸੀ, ਹੱਥ ਜੋੜ ਕੇ ਹੱਸ ਕੇ ਕਹਿੰਦਾ ਮਹਾਰਾਜ ਜੋ ਵੀ ਹੈਗਾ ਤੁਹਾਡਾ ਹੀ ਤਾਂ ਦਿੱਤਾ ਹੋਇਆ। ਸੋ ਐਸੀ ਪਰਸਨੈਲਿਟੀ ਸੀ ਅਕਾਲੀ ਫੂਲਾ ਸਿੰਘ ਦੀ। ਸੋ ਜਦੋਂ ਰਣਜੀਤ ਸਿੰਘ ਕਾਫੀ ਯੰਗ ਸੀ, ਮੇਰਾ ਖਿਆਲ ਹੈ 21-22 ਸਾਲ ਦੀ ਏਜ ਸੀ, ਉਸ ਨੂੰ ਇੱਕ ਮੁਸਲਮਾਨ ਤਵੈਫ ਪਸੰਦ ਆ ਗਈ ਜਿਹਦਾ ਨਾਂ ਸੀ ਮੋਰਾ। ਅਤੇ ਉਹਨੇ ਠਾਣ ਲਿਆ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ। ਅਕਾਲੀਆਂ ਨੂੰ ਪਤਾ ਲੱਗਾ, ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗਾ, ਅਤੇ ਉਹ ਬਹੁਤ ਸਾਰੇ ਸਿੱਖ ਬਹੁਤ ਔਖੇ ਹੋਏ ਕਿ ਵੀ ਰਾਜਾ ਵਿਆਹ ਕਰਾਉਣਾ ਚਾਹ ਰਿਹਾ, ਉਹ ਵੀ ਤਵੈਫ ਦੇ ਨਾਲ, ਉਹ ਵੀ ਮੁਸਲਮਾਨੀ ਹੈਗੀ ਹੈ। ਅਤੇ ਪੇਸ਼ੀ ਹੋ ਗਈ ਕਾਲ ਤਖ਼ਤ 'ਤੇ, ਅਤੇ ਫੈਸਲਾ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਹੁਤ ਵੱਡੀ ਗੁਸਤਾਖੀ ਕੀਤੀ ਹੈ। ਮਹਾਰਾਜਾ ਨੇ ਹੱਥ ਜੋੜ ਲਏ, ਕਹਿੰਦੇ ਜੀ ਕੀਤੀ ਹੈ, ਇਹਦੀ ਸਜ਼ਾ ਮਿਲਣੀ ਚਾਹੀਦੀ ਹੈ, ਕਹਿੰਦੇ ਕਬੂਲ ਹੈ। 100 ਕੋੜਿਆਂ ਦੀ ਸਜ਼ਾ ਅਕਾਲੀ ਫੂਲਾ ਸਿੰਘ ਨੇ ਲਾਈ ਮਹਾਰਾਜਾ ਰਣਜੀਤ ਸਿੰਘ ਨੂੰ, ਅਤੇ ਮਹਾਰਾਜਾ ਰਣਜੀਤ ਸਿੰਘ ਨੇ ਚੁੱਪ ਕਰਕੇ ਹੱਥ ਜੋੜ ਕੇ ਕਬੂਲ ਕਰ ਲਈ। ਉਹਨਾਂ ਦੀ ਹਿਊਮਿਲਿਟੀ ਤੋਂ ਅਕਾਲੀ ਫੂਲਾ ਸਿੰਘ ਨੇ ਖੁਸ਼ ਹੋ ਕੇ 100 ਕੋੜਿਆਂ ਦਾ ਇੱਕ ਕੋੜਾ ਕਰ ਦਿੱਤਾ। ਪਰ ਇਹਦੇ ਤੋਂ ਸਾਨੂੰ ਥੋੜ੍ਹਾ ਜਿਹਾ ਆਈਡੀਆ ਮਿਲਦਾ ਹੈ ਕਿ ਕੀ ਮਹਾਰਾਜਾ ਦੀ ਆਪਣੀ ਪਰਸਨੈਲਿਟੀ ਸੀ ਅਤੇ ਕੀ ਅਕਾਲੀ ਫੂਲਾ ਸਿੰਘ ਦੀ ਪਰਸਨੈਲਿਟੀ ਸੀ, ਜਿਨ੍ਹਾਂ ਦਾ ਇੰਨਾ ਰੋਹਬ ਹੈਗਾ ਸੀ ਕਿ ਉਹ ਰਾਜੇ ਨੂੰ ਸੱਦ ਕੇ ਕੋੜਿਆਂ ਦੀ ਸਜ਼ਾ ਸੁਣਾ ਸਕਦੇ ਨੇ। ਬੀਬੀ ਮੋਹਰਾਂ ਦੀ ਥੋੜ੍ਹੀ ਜਿਹੀ ਮੈਂ ਗੱਲ ਕਰਦਾ ਵਾਂ। ਸੋ ਬੀਬੀ ਮੋਹਰਾਂ ਨਾਲ ਵਿਆਹ, ਉਹਨਾਂ ਦੇ ਨਾਲ ਅਫੇਅਰ ਸ਼ੁਰੂ ਹੋ ਗਿਆ ਰਣਜੀਤ ਸਿੰਘ ਦਾ, ਕਹਿੰਦਾ ਮੈਂ ਤਾਂ ਵਿਆਹ ਕਰਾਉਣਾ। ਅੱਛਾ, ਤੁਹਾਨੂੰ ਲੱਗੇਗਾ ਸ਼ਾਇਦ ਕਿ ਬੀਬੀ ਮੋਹਰਾਂ ਦਾ ਪਰਿਵਾਰ ਤਾਂ ਬੜਾ ਖੁਸ਼ ਹੋ ਗਿਆ ਹੋਣਾ ਕਿ ਵੀ ਸਾਡੀ ਤਾਂ ਲੋਟਰੀ ਲੱਗ ਗਈ ਹੈ, ਸਾਡੀ ਕੁੜੀ ਨੂੰ ਰਾਜੇ ਨੇ ਪਸੰਦ ਕਰ ਲਿਆ। ਬਿਲਕੁਲ ਨਹੀਂ, ਉਹ ਮੁਸਲਮਾਨ ਸਨ, ਰਾਜਾ ਸਿੱਖ ਸੀ, ਉਹਨਾਂ ਨੂੰ ਰਿਸ਼ਤਾ ਬਿਲਕੁਲ ਨਾਮਨਜ਼ੂਰ ਸੀ। ਕਰਨ ਵੀ ਕੀ, ਡਰੇ ਵੀ ਪਏ ਸਨ ਕਿ ਰਾਜਾ ਕੁਛ ਵੀ ਕਰ ਸਕਦਾ। ਫਿਰ ਉਹਨਾਂ ਦਾ ਜਿਹੜਾ ਚੌਧਰੀ ਸੀ ਨਾ, ਮੀਆਂ ਸੰਧੂ ਉਹਦਾ ਨਾਂ ਸੀ, ਉਹਨੂੰ ਇੱਕ ਬੜਾ ਵਧੀਆ ਆਈਡੀਆ ਆਇਆ। ਕਹਿੰਦਾ ਕਿ ਸਾਡੀ ਜਿਹੜੀ ਬਰਾਦਰੀ ਹੈ ਨਾ, ਇਸ ਦੀ ਮਰਿਆਦਾ ਹੈ ਕਿ ਜੇ ਕੋਈ ਸਾਡੀ ਧੀ ਨਾਲ ਵਿਆਹ ਕਰਾਉਣਾ ਚਾਹੇ ਤਾਂ ਉਹ ਨੰਗੀ ਪੈਰੀ ਸਾਡੇ ਘਰ ਆਏ ਅਤੇ ਸਾਡੇ ਘਰ ਆ ਕੇ ਚੁੱਲ੍ਹਾ ਬਾਲੇ। ਤੁਸੀਂ ਇਮੈਜਿਨ ਕਰੋ ਉਸ ਟਾਈਮ ਦੇ ਚੁੱਲ੍ਹੇ। ਅਤੇ ਸੋਚ ਇਹ ਸੀ ਕਿ ਵੀ ਰਾਜਾ ਕਿੱਥੋਂ ਨੰਗੀ ਪੈਰੀ ਸਾਡੇ ਘਰ ਆ ਕੇ ਚੁੱਲ੍ਹਾ ਬਾਲੇਗਾ। ਪਹੁੰਚ ਗਏ ਨੰਗੀ ਪੈਰੀ, ਚੁੱਲ੍ਹਾ ਵੀ ਬਾਲਿਆ, ਫਿਰ ਵਿਆਹ ਹੋਇਆ ਬੀਬੀ ਮੋਹਰਾਂ ਦੇ ਨਾਲ। ਅਤੇ ਬੀਬੀ ਮੋਹਰਾਂ ਮਹਾਰਾਜਾ ਰਣਜੀਤ ਸਿੰਘ ਦੀ ਕੋਈ ਇਸ ਤਰ੍ਹਾਂ ਦੀ ਯੂਨੋ ਯੂਥਫੁੱਲ ਫੈਸੀਨੇਸ਼ਨ ਨਹੀਂ ਸੀ ਹੈਗੀ ਇਕੱਲੀ, ਬੜੇ ਸਾਲਾਂ ਤੱਕ ਸਭ ਤੋਂ ਜ਼ਿਆਦਾ ਅਟੈਚਮੈਂਟ ਮਹਾਰਾਜਾ ਰਣਜੀਤ ਸਿੰਘ ਨੂੰ ਬੀਬੀ ਮੋਹਰਾਂ ਨਾਲ ਹੀ ਰਹੀ। ਜਦੋਂ ਉਹ ਮਿਡਲ ਏਜ ਦੇ ਵਿੱਚ ਆ ਗਈ ਉਦੋਂ ਤੱਕ ਵੀ। ਇੱਕ ਹੋਰ ਕਹਾਣੀ ਮੈਂ ਤੁਹਾਨੂੰ ਛੋਟੀ ਜਿਹੀ ਦੱਸਦਾ ਹੈਗਾ। ਸੋ ਮਹਾਰਾਜਾ ਰਣਜੀਤ ਸਿੰਘ ਦੀਆਂ ਹੋਰ ਵੀ ਰਾਣੀਆਂ ਸਨ, ਉਹਨਾਂ 'ਚੋਂ 2 ਰਾਣੀਆਂ ਇੱਕ ਰਾਜਪੂਤ ਫੈਮਿਲੀ ਦੀਆਂ ਸਨ, ਕਟੋਚ ਰਾਜਪੂਤ ਸਨ। ਹਿਮਾਚਲ, ਮਾਡਰਨ ਡੇ ਹਿਮਾਚਲ ਦੇ ਵਿੱਚ ਇੱਕ ਰਿਆਸਤ ਹੁੰਦੀ ਸੀ ਜਿਹਦਾ ਨਾਂ ਹੈਗਾ ਕਾਂਗੜਾ, ਹੁਣ ਵੀ ਕਾਂਗੜਾ ਜਗ੍ਹਾ ਹੈਗੀ ਹੈ। ਉਸ ਦਾ ਰਾਜਾ ਸੀ ਸੰਸਾਰ ਚੰਦ। ਸੋ ਸੰਸਾਰ ਚੰਦ ਦੇ ਪਰਿਵਾਰ ਨੇ 900 ਸਾਲ ਅਨਬ੍ਰੋਕਨ ਰਾਜ ਕੀਤਾ ਸੀ। ਅਤੇ ਤੁਸੀਂ ਇਮੈਜਿਨ ਕਰ ਲਓ ਕਿ ਜਿਹਨੂੰ ਅਸੀਂ ਬਲੂ ਬਲੱਡ ਕਹਿੰਦੇ ਹਾਂ, ਬਲੂ ਬਲੱਡਸ ਆਫ ਬਲੂ ਬਲੱਡਸ, ਬੜਾ ਮਾਣ ਉਹਨਾਂ ਨੂੰ ਸੀ ਆਪਣੀ ਮਰਿਆਦਾ 'ਤੇ, ਆਪਣੇ ਪਿਛੋਕੜ 'ਤੇ। ਸੋ ਸੰਸਾਰ ਚੰਦ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਮੇਰੇ ਤੋਂ ਉੱਤੇ ਹੈ, ਕਿਉਂਕਿ ਕਾਂਗੜਾ 'ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੈਗਾ ਸੀ। ਸੋ ਕਈ ਵਾਰ ਸੰਸਾਰ ਚੰਦ ਦੇ ਨਾਲ ਲੜਾਈ ਹੋਈ ਮਹਾਰਾਜਾ ਰਣਜੀਤ ਸਿੰਘ ਦੀ, ਹਰ ਵਾਰ ਸੰਸਾਰ ਚੰਦ ਹਾਰਿਆ। ਅਖੀਰ ਸੰਸਾਰ ਚੰਦ ਦੀ ਡੈਥ ਹੋ ਗਈ
ਤੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਦੀਵਾਨ ਧਿਆਨ ਸਿੰਘ ਡੋਗਰੇ ਦੇ ਪੁੱਤਰ ਨਾਲ ਬੜਾ ਪਿਆਰ ਸੀ। ਹੀਰਾ ਸਿੰਘ ਉਹਦਾ ਨਾਂ ਸੀ, ਹੀਰਾ ਸਿੰਘ ਡੋਗਰਾ। ਉਹਨੂੰ ਆਪਣੇ ਬੱਚਿਆਂ ਨਾਲ ਜ਼ਿਆਦਾ ਪਿਆਰ ਕਰਦੇ ਸੀ ਅਤੇ ਉਹਨਾਂ ਨੇ ਰਿਸ਼ਤਾ ਭੇਜਿਆ ਅਨਿਰੁੱਧ ਚੰਦ, ਜਿਹੜਾ ਕਿ ਸੰਸਾਰ ਚੰਦ ਦਾ ਪੁੱਤਰ ਸੀ, ਉਹਦੀਆਂ ਦੋ ਭੈਣਾਂ ਵਾਸਤੇ। ਇੱਕ ਦਾ ਨਾਂ ਸੀ ਮਹਿਤਾਬ ਦੇਵੀ, ਦੂਸਰਾ ਦਾ ਨਾਂ ਸੀ ਰਾਜ ਬੰਸੋ। ਉਹ ਮਹਾਰਾਜਾ ਰਣਜੀਤ ਸਿੰਘ ਨੇ ਰਿਸ਼ਤਾ ਭੇਜਿਆ ਕਿ ਮੈਂ ਹੀਰਾ ਸਿੰਘ ਡੋਗਰਾ, ਜਿਹੜਾ ਕਿ ਮੇਰੇ ਪੁੱਤਰਾਂ ਵਰਗਾ, ਉਹਨਾਂ ਦਾ ਵਿਆਹ ਮੈਂ ਇਹ ਦੋ ਭੈਣਾਂ ਨਾਲ ਕਰਾਉਣਾ ਚਾਹੁੰਦਾ ਹੈਗਾ ਵਾ। ਅੱਛਾ, ਅਨਿਰੁੱਧ ਚੰਦ ਆਕੜ ਗਿਆ, 900 ਸਾਲ ਰਾਜ ਕੀਤਾ ਸੀ। ਇਹ ਡੋਗਰੇ ਵੀ ਰਾਜਪੂਤ ਸਨ ਪਰ ਬੜੀ ਛੋਟੀ ਫੈਮਿਲੀ ਤੋਂ ਸਨ। ਉਹ ਕਹਿੰਦਾ ਇਹ ਰਿਸ਼ਤਾ ਤਾਂ ਸਾਨੂੰ ਮਨਜ਼ੂਰ ਨਹੀਂ ਹੈਗਾ। ਅਤੇ ਉਹਨੇ ਫਟਾਫਟ ਕੋਸ਼ਿਸ਼ ਕੀਤੀ ਕਿ ਗੜਵਾਲ ਦਾ ਰਾਜਾ, ਉਹਦੇ ਨਾਲ ਮੈਂ ਆਪਣੀ ਭੈਣਾਂ ਦਾ ਵਿਆਹ ਕਰਾ ਦਿਆਂ। ਮਹਾਰਾਜਾ ਨੂੰ ਪਤਾ ਲੱਗਾ, ਫਿਰ ਤੋਂ ਹਮਲਾ ਹੋਇਆ ਕਾਂਗੜੇ 'ਤੇ ਅਤੇ ਉਹ ਦੋਨੋਂ ਬੇਟੀਆਂ ਨੂੰ ਲੈ ਆਏ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਆਪ ਵਿਆਹ ਕਰਾ ਲਿਆ ਉਹਨਾਂ ਦੇ ਨਾਲ। ਸੋ ਉਹ ਉਹਦੀਆਂ ਰਾਣੀਆਂ ਬਣ ਗਈਆਂ, ਮਹਿਤਾਬ ਕੌਰ ਅਤੇ ਰਾਜ ਬੰਸੋ। ਅੱਛਾ, ਜ਼ਨਾਨੇ ਦੇ ਵਿੱਚ ਸਾਰੇ ਬੈਠੇ ਹੋਏ ਨੇ, ਨਾਚ ਗਾਣਾ ਚੱਲ ਰਿਹਾ ਅਤੇ ਇੱਕ ਤਵੈਫ ਹੈਗੀ ਹੈ ਜਿਹਦਾ ਨਾਂ ਅੱਲਾ ਜਵਾਈ ਹੈ। ਸੋ ਅੱਲਾ ਜਵਾਈ ਨੇ ਕੁਛ ਪੇਸ਼ ਕੀਤਾ ਅਤੇ ਮਹਾਰਾਜਾ ਬੜਾ ਖੁਸ਼ ਹੈ ਅਤੇ ਪਤਾ ਨਹੀਂ ਕੀ ਮਨ 'ਚ ਵਿਚਾਰ ਆਉਂਦਾ ਹੈ ਅਤੇ ਮਹਾਰਾਜਾ ਉਹਨੂੰ ਕਹਿੰਦਾ ਅੱਲਾ ਜਵਾਈ ਦੱਸ ਕੇ ਮੇਰੀਆਂ ਰਾਣੀਆਂ ਤੋਂ ਸਭ ਤੋਂ ਸੋਹਣੀ ਕਿਹੜੀ ਹੈ। ਉਹ ਅੱਲਾ ਜਵਾਈ ਤਾਂ ਪਸੀਨੇ ਛੁੱਟ ਗਿਆ, ਹੁਣ ਮੈਂ ਕੀ ਕਰਾਂ, ਸਾਰੀਆਂ ਰਾਣੀਆਂ ਬੈਠੀਆਂ ਹੋਈਆਂ ਨੇ, ਕੀ ਜਵਾਬ ਦਿਆਂ। ਉਹਨੇ ਹੱਥ ਜੋੜ ਲਏ, ਕਹਿੰਦੀ ਜੀ ਮੈਂ ਸਾਰੀਆਂ ਬਹੁਤ ਸੋਹਣੀਆਂ ਨੇ। ਅਤੇ ਰਣਜੀਤ ਸਿੰਘ ਦਾ ਸੁਭਾਅ ਸੀ, ਕਹਿੰਦਾ ਨਹੀਂ ਨਹੀਂ ਤੈਨੂੰ ਦੱਸਣਾ ਹੀ ਪੈਣਾ। ਅਤੇ ਫਿਰ ਨਾ ਉਹਨੇ ਬੜਾ ਸੋਚਿਆ, ਇਹ ਜਿਹੜੀਆਂ ਦੋ ਰਾਜਪੂਤ ਭੈਣਾਂ ਸਨ ਬਹੁਤ ਸੋਹਣੀਆਂ ਸਨ, ਮੰਨੀਆਂ ਵੀ ਜਾਂਦੀਆਂ ਸਨ, ਅਤੇ ਰਾਜ ਬੰਸੋ ਵੱਲ ਇਸ਼ਾਰਾ ਕਰਕੇ ਕਹਿੰਦੀ ਕਿ ਤੁਹਾਡੀਆਂ ਸਾਰੀਆਂ ਰਾਣੀਆਂ ਬਹੁਤ ਸੋਹਣੀਆਂ ਨੇ ਪਰ ਰਾਣੀ ਰਾਜ ਬੰਸੋ ਤੋਂ ਸੋਹਣੀ ਸ਼ਾਇਦ ਕੋਈ ਨਹੀਂ ਹੈਗੀ। ਤਾਂ ਰਣਜੀਤ ਸਿੰਘ ਨੇ ਸੁਣਿਆ, ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਪਰ ਇਹ ਕੀ ਬੀਬੀ ਮੋਹਰਾਂ ਨਾਲੋਂ ਵੀ ਸੋਹਣੀ ਹੈਗੀ ਹੈ। ਰਾਜ ਬੰਸੋ ਨੇ ਜਦ ਸੁਣਿਆ ਉਹਨੂੰ ਇੰਨੀ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਕਿ ਬਈ ਮੇਰਾ ਕੰਪੈਰੀਜ਼ਨ ਕੀਤਾ ਜਾ ਰਿਹਾ ਇੱਕ ਮੁਸਲਮਾਨ ਤਵੈਫ ਦੇ ਨਾਲ। ਉਹ ਇੰਨੀ ਕੁ ਔਖੀ ਹੋਈ ਕਿ ਉਹ ਫਟਾਫਟ ਆਪਣੇ ਕਮਰੇ 'ਚ ਗਈ, ਅਫੀਮ ਦੀ ਡੱਬੀ ਖੋਲ੍ਹੀ, ਬੜੀ ਸਾਰੀ ਅਫੀਮ ਖਾਧੀ, ਕਦੀ ਉੱਠੀ ਨਹੀਂ ਉਸ ਤੋਂ ਬਾਅਦ। ਫਿਰ ਦੂਸਰੀ ਭੈਣ ਉਹਦੀ ਮਹਿਤਾਬ ਦੇਵੀ, ਹੁਣ ਸਿੱਖਾਂ ਦੇ ਵਿੱਚ ਉਸ ਟਾਈਮ 'ਤੇ ਸਤੀ ਬਿਲਕੁਲ ਮਨਾ ਸੀ ਕਿਉਂਕਿ ਤੀਸਰੇ ਗੁਰੂ ਸਾਹਿਬ ਗੁਰੂ ਅਮਰਦਾਸ ਨੇ ਬਿਆਨ ਕੀਤਾ ਸੀ ਕਿ ਸਿੱਖ ਸਤੀ ਨੂੰ ਬਿਲਕੁਲ ਨਖੇਧਣਗੇ, ਅਪਣਾਉਣਗੇ ਨਹੀਂ, ਪ੍ਰਵਾਨ ਨਹੀਂ ਸੀ ਹੈਗੀ। ਸੋ ਸਿੱਖ ਦਰਬਾਰ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ, ਸੋ ਕਿਸੇ ਵੀ ਰਾਣੀ 'ਤੇ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਸੀ ਕਿ ਉਹਨਾਂ ਨੂੰ ਸਤੀ ਹੋਣਾ ਪਏਗਾ। ਪਰ ਦੇਖੋ, ਮਰਿਆਦਾ ਇੱਕ ਐਸੀ ਚੀਜ਼ ਹੁੰਦੀ ਹੈ। ਰਣਜੀਤ ਸਿੰਘ ਦਾ ਪਰਸਨਲ ਫਿਜ਼ੀਸ਼ੀਅਨ ਮਾਰਟਨ ਹੋਨਿਕਬਰਗਰ ਉੱਥੇ ਮੌਜੂਦ ਸੀ ਜਦੋਂ ਰਣਜੀਤ ਸਿੰਘ ਦਾ ਸੰਸਕਾਰ ਹੋਇਆ। ਕਰਨਲ ਸਟਾਈਨਬੈਕ, ਜਿਹੜਾ ਇੱਕ ਅਮੈਰੀਕਨ ਅਫਸਰ ਸੀ, ਉਹ ਵੀ ਉੱਥੇ ਮੌਜੂਦ ਸੀ। ਦੋਨਾਂ ਨੇ ਆਪਣੀ ਪੁਸਤਕਾਂ ਦੇ ਵਿੱਚ ਇੰਡੀਪੈਂਡੈਂਟ ਅਕਾਊਂਟਸ ਲਿਖੇ ਨੇ ਕਿ ਕਿਸ ਤਰ੍ਹਾਂ ਦਰਬਾਰ ਦੇ ਵਿੱਚੋਂ ਰਾਣੀ ਮਹਿਤਾਬ ਦੇਵੀ, ਜਿਹੜੀ ਕਿ ਦੂਸਰੀ ਰਾਜਪੂਤ ਭੈਣ ਸੀ, ਇੱਕ ਬੱਚੀ ਸੀ, ਉਹ ਨਿਕਲਦੀ ਹੈ। ਉਸ ਦਿਨ ਉਹਨੇ ਪਰਦਾ ਨਹੀਂ ਕੀਤਾ, ਉਸ ਦਿਨ ਤੱਕ ਕਿਸੇ ਨੇ ਉਹਦੀ ਸ਼ਕਲ ਨਹੀਂ ਸੀ ਦੇਖੀ, ਕਿਸੇ ਗੈਰ ਮਰਦ ਨੇ ਸ਼ਕਲ ਨਹੀਂ ਸੀ ਦੇਖੀ ਕਿਉਂਕਿ ਪਰਦਾ ਕਰਦੀਆਂ ਸੀ ਜਿਹੜੀਆਂ ਰਾਜਪੂਤ ਔਰਤਾਂ ਸਨ। ਬਿਨਾਂ ਨਕਾਬ ਦੇ ਤੁਰੀ ਜਾ ਰਹੀ ਹੈ, ਨਾਲ ਇੱਕ ਅਟੈਂਡੈਂਟ ਹੈਗਾ, ਉਹਦੇ ਹੱਥ ਦੇ ਵਿੱਚ ਵੱਡੀ ਪੇਟੀ ਹੈ ਗਹਿਣਿਆਂ ਦੀ। ਸੋ ਦੋਨੋਂ ਸਾਈਡਾਂ 'ਤੇ ਭੀੜ ਇਕੱਠੀ ਹੋਈ ਹੈ, ਉਹ ਹੌਲੀ ਹੌਲੀ ਅਟੈਂਡੈਂਟ ਉਹਦੇ ਗਹਿਣੇ ਵੰਡ ਰਿਹਾ। ਰਾਣੀ ਦੇ ਅੱਗੇ ਇੱਕ ਅਟੈਂਡੈਂਟ ਚੱਲ ਰਿਹਾ, ਪੁੱਠਾ ਪਿੱਛੇ ਵੱਲ ਤੁਰ ਰਿਹਾ, ਹੱਥ ਦੇ ਵਿੱਚ ਉਹਦੇ ਸ਼ੀਸ਼ਾ ਹੈ। ਇੱਕ ਸ਼ੀਸ਼ਾ ਰਾਣੀ ਨੇ ਇਸ ਕਰਕੇ ਫੜਵਾਇਆ ਉਹਦੇ ਤੋਂ ਕਿਉਂਕਿ ਉਹਨੂੰ ਸੈਟਿਸਫੈਕਸ਼ਨ ਚਾਹੀਦੀ ਹੈ ਕਿ ਮੇਰੀ ਸ਼ਕਲ 'ਤੇ ਨਾ ਐਂਡ ਤੱਕ ਇੰਨਾ ਵੀ ਡਰ ਨਹੀਂ ਆਉਣਾ ਚਾਹੀਦਾ। ਸੋ ਦੇਖੋ, ਅਸੀਂ ਜਿੰਨਾ ਮਰਜ਼ੀ ਇਸ ਇੰਸਟੀਟਿਊਸ਼ਨ ਨੂੰ ਨਖੇਦੀਏ, ਕਿਉਂਕਿ ਇਹ ਬੜੀ ਇੱਕ ਬਾਰਬਰਿਕ ਇੰਸਟੀਟਿਊਸ਼ਨ ਹੈਗੀ ਹੈ ਅੱਜ ਦੀ ਦੁਨੀਆ ਦੇ ਵਿੱਚ, ਪਰ ਤੁਸੀਂ ਮਰਿਆਦਾ ਦੀ ਤਾਕਤ ਨੂੰ ਦੇਖੋ ਕਿ ਬਈ ਜਿਹੜੀਆਂ ਬੱਚੀਆਂ ਦੇ ਵਿੱਚ ਇਹ ਗੱਲ ਜਨਰੇਸ਼ਨਸ ਤੋਂ ਪਾਈ ਗਈ ਸੀ ਕਿ ਜਦ ਤੁਹਾਡਾ ਪਤੀ ਮਰ ਜਾਏ ਤਾਂ ਤੁਹਾਡਾ ਹੋਰ ਕੋਈ ਅੰਤ ਨਹੀਂ ਹੋ ਸਕਦਾ, ਕਿਸ ਤਰ੍ਹਾਂ ਉਸ ਔਰਤ ਨੇ ਆਪਣੀ ਮਰਿਆਦਾ ਨੂੰ ਨਿਭਾਇਆ। ਇਸ ਦਾ ਅਕਾਊਂਟ ਕਈ ਵਿਜ਼ਿਟਰਸ ਨੇ ਦਿੱਤਾ ਹੋਇਆ,
ਤੇ ਪੜ੍ਹ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਂਦੇ ਨੇ। ਤੁਸੀਂ ਉਸ ਵੇਲੇ ਇਮੇਜਿਨ ਕਰ ਸਕਦੇ ਹੈਗੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ, ਤੇ ਤੁਸੀਂ ਸੋਚਣ ਦੀ ਕੋਸ਼ਿਸ਼ ਕਰਦੇ ਹੋ ਕਿ ਕਿਸ ਤਰ੍ਹਾਂ ਮਰਿਆਦਾ ਇਨਸਾਨ ਨੂੰ ਇਤਨਾ ਜ਼ਿਆਦਾ ਦਲੇਰ ਬਣਾ ਸਕਦੀ ਹੈਗੀ ਹੈ, ਜੋ ਦਲੇਰੀ ਉਸ ਟਾਈਮ 'ਤੇ ਰਾਣੀ ਮਹਿਤਾਬ ਕੌਰ ਨੇ ਦਿਖਾਈ। ਸੋ ਇੰਜ ਦੇ ਅਕਾਊਂਟਸ ਬਹੁਤ ਸਾਰੇ ਇਸ ਪੁਸਤਕ ਦੇ ਵਿੱਚ ਹੈਗੇ ਹਨ, ਜਿਹੜੇ ਕਿ ਉਸ ਟਾਈਮ ਦੀਆਂ ਸ਼ਖਸੀਅਤਾਂ ਸਨ, ਉਹਨਾਂ ਨੂੰ ਇੱਕ ਕਿਸਮ ਦੇ ਵਿੱਚ ਕੋਸ਼ਿਸ਼ ਕਰਦੇ ਨੇ ਤੁਹਾਡੇ ਸਾਹਮਣੇ ਜ਼ਿੰਦਾ ਕਰਨ ਦੀਆਂ, ਤਾਂ ਕਿ ਸਾਨੂੰ ਥੋੜ੍ਹਾ ਜਿਹਾ ਅਹਿਸਾਸ ਹੋ ਸਕੇ ਕਿ ਉਹ ਦਰਬਾਰ ਦਾ ਜੀਵਨ ਕੀ ਸੀ, ਉਸ ਦੇ ਵਿੱਚ ਕਿਸ ਤਰ੍ਹਾਂ ਲੋਕ ਇੱਕ ਦੂਸਰੇ ਨਾਲ ਰਹਿੰਦੇ ਸੀ, ਅਤੇ ਜੋ ਉਹਨਾਂ ਦੇ ਇੰਟਰੈਕਸ਼ਨਸ ਮਹਾਰਾਜਾ ਦੇ ਨਾਲ ਹੁੰਦੇ ਸਨ, ਉਹਨਾਂ ਰਾਹੀਂ ਅਸੀਂ ਫਿਰ ਮਹਾਰਾਜੇ ਦੀ ਸ਼ਖਸੀਅਤ ਨੂੰ ਵੀ ਬੜੀ ਚੰਗੀ ਤਰ੍ਹਾਂ ਸਮਝ ਪਾਉਂਦੇ ਹੈਗੇ ਹਾਂ। ਮੇਰੇ ਖਿਆਲ ਸਾਡੇ ਕੋਲ ਟਾਈਮ ਇੰਨਾ ਕੁ ਹੀ ਹੈਗਾ, ਮੈਂ ਟਾਈਮ ਸਗੋਂ ਜ਼ਿਆਦਾ ਹੀ ਲੈ ਗਿਆ ਵਾਂ, ਅਤੇ ਹੁਣ ਜੇ ਤੁਹਾਡੇ ਕੋਈ ਵੀ ਸਵਾਲ ਹੋਣ ਜਾਂ ਕੋਈ ਕਮੈਂਟਸ ਹੋਣ, ਆਬਜ਼ਰਵੇਸ਼ਨਸ ਹੋਣ, ਤੁਸੀਂ ਜ਼ਰੂਰ ਸਾਂਝੇ ਕਰੋ।